ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਉਪਰਾਲਾ ਕੀਤਾ ਗਿਆ ਬੁੰਗੇ ਵੱਲੋਂ, ਇਹ ਮਹੱਤਵਪੂਰਨ ਆ ਕਈ ਨੁਕਤਿਆਂ ਕਰਕੇ, ਕਿਉਂਕਿ ਬੰਦਿਆਂ ਦੀ ਜਿਹੜੀ ਚਾਲ ਅੱਗੇ ਤੁਰਨੀ ਆ ਉਹ ਉਹਨਾਂ ਦੀ ਮੱਤ ਨਾਲੇ ਤੁਰਨੀ ਆ। ਜਿਹੋ ਜਿਹੀ ਮੱਤ ਹੋਵੇਗੀ ਉਹੋ ਜਿਹਾ ਦੇਹ ਨੇ ਕੰਮ ਕਰਨਾ, ਜਿਹੋ ਜਿਹਾ ਦੇਹ ਕੰਮ ਕਰੇਗੀ ਉਹੋ ਜਿਹਾ ਆਲਾ ਦੁਆਲਾ ਬਣਨਾ ਹੁੰਦਾ। ਤਾਂ ਇਸ ਲਈ ਸਾਡੀ ਮੱਤ ਦੇ ਵਿੱਚ ਕਿਸ ਕਿਸ ਪੱਧਰ ਤੱਕ ਦੀਆਂ ਦਿੱਕਤਾਂ ਨੇ, ਕਿਵੇਂ ਕਿਵੇਂ ਦੀ ਗੱਲ ਹੈ, ਤਾਂ ਉਹ ਗੱਲ ਵੇਖਣੀ ਜ਼ਰੂਰੀ ਹੈ। ਸਾਡਾ ਇੱਕ ਮਿੱਤਰ ਹੈ, ਉਸਨੇ ਸੱਭਿਆਚਾਰ ਨੂੰ ਇੱਦਾਂ ਪਰਿਭਾਸ਼ਿਤ ਕੀਤਾ। ਉਹ ਕਹਿੰਦਾ ਸੱਭਿਆਚਾਰ ਦਾ ਮਤਲਬ ਇਹ ਹੁੰਦਾ ਕਿ ਜਿਹੜੀਆਂ ਮਨੁੱਖ ਦੀ ਬਿਰਤੀ ਹੈ ਉਸਨੂੰ ਵਾਹੁੰਦੇ ਰਹਿਣਾ, ਉਸਨੂੰ ਵਾਹੁੰਦੇ ਰਹਿਣਾ, ਕਿਉਂਕਿ ਕਲਟ ਤੋਂ ਬਣਿਆ ਹੋਇਆ ਵੀ ਉਹਨੂੰ ਵਾਹੁੰਦੇ ਰਹਿਣਾ, ਅਤੇ ਵਾਹ ਕੇ ਉਸ ਦੇ ਵਿੱਚ ਜੋ ਨਦੀਨ ਜਾਂ ਜੋ ਕੁਛ ਪੁੱਠਾ ਸਿੱਧਾ ਉੱਗਦਾ ਹੈ ਉਸਨੂੰ ਕੱਢਦੇ ਰਹਿਣਾ। ਤਾਂ ਇਹ ਜਿਹੜਾ ਹੈ ਉਪਰਾਲਾ, ਇਹ ਅੱਜ ਦਾ ਸੈਮੀਨਾਰ ਵੀ ਅਤੇ ਇਸ ਤੋਂ ਸਿਵਾਏ ਵੀ, ਇਹਦੀ ਆਸ ਹੈ ਕਿ ਇਹ ਇਸ ਤੋਂ ਅਗਾਂਹ ਕੋਈ ਗੱਲ ਤੋਰੇਗਾ। ਅਤੇ ਮੈਂ ਬੋਲੀ ਦਾ ਵਿਦਿਆਰਥੀ ਹਾਂ ਮੂਲ ਰੂਪ ਵਿੱਚ, ਅਤੇ ਮੈਂ ਜਦੋਂ ਵੀ ਮੈਨੂੰ ਕੋਈ ਜ਼ਿੰਮੇਵਾਰੀ ਮਿਲਦੀ ਆ ਤਾਂ ਮੈਂ ਉਹਦੀ ਕੋਸ਼ਿਸ਼ ਮੇਰੀ ਇਹੀ ਹੁੰਦੀ ਆ ਕਿ ਮੈਂ ਉਸ ਗੱਲ ਨੂੰ ਬੋਲੀ ਨਾਲ ਜੋੜ ਕੇ ਵੇਖਾਂ, ਸਮਝਾਂ। ਤਾਂ ਇਸ ਪ੍ਰਸੰਗ ਵਿੱਚ ਵੀ ਮੈਂ ਪੱਛਮੀ ਬੋਲੀ ਦ੍ਰਿਸ਼ਟੀ ਬਾਰੇ ਤੁਹਾਡੇ ਨਾਲ ਗੱਲ ਕਰਾਂਗਾ। ਉਹਦੇ ਚਾਰ ਪੰਜ ਨੁਕਤੇ ਨੇ ਕਿ ਪੱਛਮ ਦੀ ਜਿਹੜੀ ਬੋਲੀ ਦ੍ਰਿਸ਼ਟੀ ਆ ਉਹ ਕਿਵੇਂ ਬਣੀ, ਅਤੇ ਉਹ ਕਿਹਦੀ ਮਾਲਕੀ ਹੈ, ਬੋਲੀ ਮਾਲਕੀ ਕਿਹਦੇ ਕੋਲ ਚਲੀ ਗਈ, ਬੋਲੀ ਦਾ ਰੁਤਬਾ ਕਿੱਥੇ ਸੀ ਅਤੇ ਹੁਣ ਕਿੱਥੇ ਆ, ਅਤੇ ਈਸਾਈਅਤ ਦੀ ਜਿਹੜੀ ਪਹੁੰਚ ਹੈ ਉਹਦਾ ਬੋਲੀ ਦੀ ਦ੍ਰਿਸ਼ਟੀ ਅਤੇ ਬੋਲੀ ਦੇ ਨਜ਼ਰੀਏ 'ਤੇ ਕੀ ਅਸਰ ਪਿਆ, ਅਤੇ ਫਿਰ ਕਿਵੇਂ ਕਿਵੇਂ ਜਿਹੜਾ ਬਦਲਾਅ ਦਾ ਸਿਧਾਂਤ ਆ ਉਹ ਸਥਾਪਿਤ ਹੋਇਆ। ਇਹਦੇ ਖਾਤਰ ਮੈਂ ਰਾਜਨੀਤੀ ਵਿਆਕਰਨ ਨਾਲ ਸੰਬੰਧਿਤ, ਪੱਛਮੀ ਦੁਨੀਆ ਦੀਆਂ ਕੁਛ ਜੰਗਾਂ ਨਾਲ ਸੰਬੰਧਿਤ, ਪੱਛਮੀ ਰਾਜਨੀਤਿਕ ਸਿਧਾਂਤ, ਅਤੇ ਵੈਸਟਰਨ ਆਈਡੀਓਲੋਜੀ, ਇਹਨਾਂ ਦੇ ਨਾਲ ਸੰਬੰਧਿਤ ਕਿਤਾਬਾਂ ਵੇਖੀਆਂ, ਕਾਫੀ ਕਿਤਾਬਾਂ ਬੋਲੀ ਨਾਲ ਸੰਬੰਧਿਤ ਵੇਖੀਆਂ। ਇੱਕ ਕਿਤਾਬ ਆਪਣੇ ਮਿੱਤਰ ਨੇ ਲਿਖੀ ਹੋਈ ਆ ਮਸੀਹੀਅਤ ਬਾਰੇ, ਮਸੀਹੀ ਥਿਓਲੋਜੀ ਬਾਰੇ, ਉਹ ਵੇਖੀ। ਤਾਂ ਇਹ ਸਾਰੀ ਗੱਲ ਦੇ ਵਿੱਚੋਂ ਮੈਂ ਆਪਣੀ ਜਿਹੜੀ ਧਾਰਨਾ ਵੀ ਪੱਛਮੀ ਬੋਲੀ ਦ੍ਰਿਸ਼ਟੀ ਕੀ ਬਣੀ। ਪਹਿਲੀ ਗੱਲ ਤਾਂ ਇਹ ਆ ਕਿ ਹੁਣ ਪਿੱਛੇ ਜੇ ਮੈਂ ਹੁਣੇ ਇਸ ਦੌਰਾਨ ਇਹ ਪੜ੍ਹਿਆ ਕਿ ਇੱਕ ਸੱਜਣ ਨੇ ਲਿਖਿਆ, ਉਹ ਕਹਿੰਦਾ ਵੀ ਹੁਣ ਦੁਨੀਆ 'ਤੇ ਜਿਹੜੀ ਟੱਕਰ ਹੈ ਉਹ ਰਾਜਨੀਤੀ ਜਾਂ ਵਪਾਰ ਦੀ ਨਹੀਂ ਹੈ, ਉਹ ਕਹਿੰਦਾ ਦੁਨੀਆ 'ਤੇ ਟੱਕਰ ਦਾ ਵੱਡਾ ਕਾਰਨ ਸੱਭਿਆਚਾਰ ਹੈ, ਅਤੇ ਸੱਭਿਆਚਾਰ ਦੀ ਬਹੁਤ ਕੇਂਦਰੀ ਚੂਲ ਬੋਲੀ ਹੁੰਦੀ ਹੈ, ਅਤੇ ਇਸ ਲਈ ਜਦੋਂ ਅਸੀਂ ਸੱਭਿਆਚਾਰਾਂ ਦੀਆਂ, ਸੱਭਿਆਚਾਰ ਦਾ ਮਤਲਬ ਹੁੰਦਾ ਜਿਉਣ ਦਾ ਢੰਗ, ਹੈ ਨਾ, ਜੀਵਨ ਸ਼ੈਲੀ, ਵੀ ਜੇ ਅਸੀਂ ਪੈਂਟ ਪਾ ਕੇ ਜਾਂ ਉਸ ਤਰੀਕੇ ਦੀ ਨਵਾਂ ਖਾਣ ਪੀਣ, ਨਵਾਂ ਪਹਿਰਾਵਾ, ਨਵਾਂ ਸੋਚਣ ਰੱਖ ਕੇ ਇਹ ਜਿਹੜਾ ਸਾਡਾ ਚਿਹਰਾ ਮੂਹਰਾ ਰੱਖੀ ਵੀ ਜਾਈਏ ਤਾਂ ਵੀ ਅਸੀਂ ਆਪਣੀ ਪਰੰਪਰਾ ਤੋਂ ਬਹੁਤ ਦੂਰ ਹੋ ਜਾਵਾਂਗੇ। ਤਾਂ ਇਸ ਨੁਕਤੇ ਤੋਂ ਇਹ ਗੱਲ ਹੈ। ਅਤੇ ਦੂਸਰੀ ਇੱਕ ਗੱਲ ਹੋਰ, ਮੈਂ ਪਹਿਲਾਂ ਜਦੋਂ ਕਮਲਜੀਤ ਸਿੰਘ ਹੋਰਾਂ ਨੇ ਗੱਲ ਸ਼ੁਰੂ ਕੀਤੀ ਉਦੋਂ ਮੇਰੇ ਖਿਆਲ 'ਚ ਆਈ ਕਿ ਅਸੀਂ ਸਿਧਾਂਤ ਚਿੰਤਨ ਤੋਂ ਥੋੜ੍ਹਾ ਦੂਰ ਹੋਏ। ਪਿਛਲੇ ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲਿਆਂ ਨੇ ਉਹ ਪੁਸਤਕ ਮੇਲੇ ਦੇ ਉੱਤੇ ਚਰਚਾ ਕਰਾਉਂਦੇ ਹੁੰਦੇ ਨੇ, ਤਾਂ ਉੱਥੇ ਗੁਰਬਚਨ ਆਇਆ ਸੀ ਪੰਜਾਬੀ ਦਾ, ਕਾਫੀ ਚੰਗਾ ਚਿੰਤਕ ਆ। ਉਸਨੇ ਇੱਕ ਗੱਲ ਉੱਥੇ ਬੜੇ ਜ਼ੋਰ ਨਾਲ ਆਖੀ, ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਪੰਜਾਬ ਦੇ ਵਿੱਚ ਅਤੇ ਭਾਰਤ ਵਿੱਚ ਕਹਿੰਦਾ ਕੋਈ ਚਿੰਤਨ ਨਹੀਂ ਹੋਇਆ, ਕੋਈ ਸਿਧਾਂਤ ਚਿੰਤਨ ਹੋਇਆ ਹੀ। ਮਤਲਬ ਉਸਨੇ, ਉਹ ਬੰਦਾ
ਹੋਰ ਧਾਰਾ 'ਚੋਂ ਆਇਆ ਹੋਇਆ, ਪਰ ਉਸਨੇ ਜਦੋਂ ਇਹ ਗੱਲ ਇੰਨੀ ਵੱਡੀ ਆਖੀ ਤਾਂ ਮੈਨੂੰ ਇਹ ਗੱਲ ਲੱਗੀ ਕਿ ਇਹਦਾ ਮਤਲਬ ਵੀ ਜਿਹੜਾ ਸਿਧਾਂਤ ਆ ਉਹ ਸਿੱਖੀ 'ਤੇ ਆ ਕੇ ਖੜਿਆ ਹੋਇਆ ਅਤੇ ਸਿੱਖਾਂ ਨੂੰ ਇਸ ਖਾਤਰ ਅੱਗੇ ਤੁਰਨ ਦੀ ਲੋੜ ਆ ਤਾਂ ਜੋ ਉਹ ਸੋਚਣ। ਇਹ ਜਿਹੜੀ ਮੇਰੀ ਗੱਲਬਾਤ ਆ ਇਹਦੇ ਖਾਤਰ ਵਿੱਚ ਦੋ ਸ਼ਬਦ ਨੇ, ਇੱਕ ਪੱਛਮ ਹੈ ਇੱਕ ਬੋਲੀ ਹੈ, ਹੈ ਨਾ। ਤੀਜਾ ਤਾਂ ਚਲੋ ਇਹਨਾਂ ਨੇ ਪ੍ਰਭਾਸ਼ਿਤ ਕਰ ਦਿੱਤਾ। ਜਿਹੜਾ ਪੱਛਮ ਹੈ, ਪੱਛਮ ਨੂੰ ਉੱਦਾਂ ਪ੍ਰਭਾਸ਼ਿਤ ਕਰਨਾ ਬਹੁਤ ਔਖਾ, ਕਿਉਂਕਿ ਜੇ ਆਪਾਂ ਇਹ ਕਹਿ ਦਈਏ ਕਿ ਜੋ ਗੱਲ ਮੈਂ ਆਖ ਰਿਹਾ ਇਹਦੇ ਵਿੱਚ ਹਰ ਪੱਛਮ ਦੀ ਮਿੱਟੀ ਦਾ ਕਣ ਕਣ ਸ਼ਾਮਿਲ ਹੈ, ਇੱਦਾਂ ਨਹੀਂ ਹੈਗੀ ਗੱਲ। ਤਾਂ ਇਹਦੇ ਵਿੱਚ ਇਹ ਹੁੰਦਾ, ਇਹ ਜਿਹੜਾ ਪੱਛਮ ਹੈ, ਪੱਛਮ ਦਾ ਸਾਡੇ ਨਾਲ ਸੰਬੰਧ ਉਹ ਹੈ ਕਿ ਜਿਸ ਨੇ ਸਾਡੇ ਉੱਤੇ ਕੁਝ ਅਸਰ ਪਾਏ। ਪੱਛਮ ਦੇ ਵਿੱਚ ਕਾਰਲਾਈਲ ਵਰਗੇ ਵੀ ਬੰਦੇ ਸਨ, ਜਿਹੜੇ ਬੰਦੇ ਰੱਬ ਦੇ ਬੰਦੇ ਸੀ, ਜਿਨ੍ਹਾਂ ਨੇ ਮਤਲਬ ਬੜਾ ਚੰਗਾ ਲਿਖਿਆ ਅਤੇ ਜਿਨ੍ਹਾਂ ਨੇ ਦੂਸਰਿਆਂ ਦੀ ਬਲਕਿ ਇਸਲਾਮ ਦੀ ਇੰਨੀ ਵਿਰੋਧਤਾ ਸੀ ਉੱਥੇ, ਅਤੇ ਉਹਦੇ ਖਾਤਰ ਹਜ਼ਰਤ ਮੁਹੰਮਦ ਸਾਹਿਬ ਖਾਤਰ ਬਹੁਤ ਸਾਵਾਂ ਲਿਖਿਆ, ਬਹੁਤ ਚੰਗਾ ਲਿਖਿਆ, ਉਸ ਤਰ੍ਹਾਂ ਦੇ ਵੀ ਸੱਜਣ ਸਨ। ਪਰ ਜਦੋਂ ਅਸੀਂ ਇੱਥੇ ਪ੍ਰਭਾਸ਼ਿਤ ਕਰਦੇ ਹਾਂ ਤਾਂ ਇਹ ਉਹ ਦ੍ਰਿਸ਼ਟੀ, ਜਿਹੜੀ ਦ੍ਰਿਸ਼ਟੀ ਨੇ ਸਾਡੇ ਉੱਤੇ ਅਸਰ ਪਾਏ ਅਤੇ ਜਿਹੜੀ ਇੱਕ ਵੱਖਰੇ ਰੂਪ ਵਿੱਚ ਧਰਮ ਤੋਂ ਧਰਮਹੀਣਤਾ ਦੇ ਚੱਕਰ ਵਿੱਚ ਸਾਡੇ 'ਤੇ ਅਸਰ ਪਾ ਰਹੀ ਆ ਜਾਂ ਸਾਡੇ ਨਾਲ ਸੰਬੰਧਿਤ ਆ। ਬਹੁਤਾ ਕਰਕੇ ਪੱਛਮ ਨੂੰ ਯੂਰਪ ਨਾਲ ਸੰਬੰਧਿਤ ਕੀਤਾ ਜਾਂਦਾ ਅਤੇ ਹੁਣ ਇਹ ਕਹਿੰਦੇ ਨੇ ਵੀ ਪੱਛਮ ਦਾ ਸੰਕਲਪ ਅਮਰੀਕਾ ਵੀ ਚਲਿਆ ਗਿਆ, ਕਿਉਂਕਿ ਚਲੋ ਅਮਰੀਕਾ ਦੀ ਚੌਧਰ ਹੋਊਗੀ ਦੁਨੀਆ 'ਤੇ। ਤਾਂ ਮੈਂ ਜਿਹੜੀ ਇਹ ਗੱਲ ਪੜ੍ਹੀ ਕਿ ਜਿਹੜੀ ਇਹ ਪੱਛਮ ਦੀ ਬੋਲੀ ਦ੍ਰਿਸ਼ਟੀ ਆ, ਇਹਦੇ ਵਿੱਚ ਇਕੱਲਾ ਪੱਛਮ ਵੀ ਨਹੀਂ ਸ਼ਾਮਿਲ, ਇਹਦੇ ਵਿੱਚ ਜਿਹੜਾ ਈਰਾਨ, ਅਰਬ ਅਤੇ ਪੱਛਮ ਦੀਆਂ ਯੂਨਾਨ ਦੀਆਂ ਆਪਸ ਵਿੱਚ ਜੰਗਾਂ ਹੋਈਆਂ ਨੇ ਉਹ ਵੀ ਇਹਦੇ ਵਿੱਚ ਸ਼ਾਮਿਲ ਨੇ। ਇਸ ਲਈ ਜਦੋਂ ਅਸੀਂ ਬੋਲੀ ਦੇ ਨੁਕਤੇ ਤੋਂ ਵੇਖਦੇ ਹਾਂ ਤਾਂ ਸਾਡੀ ਲੜਾਈ ਕੇਵਲ ਜਾਂ ਸਾਡਾ ਟਕਰਾਅ ਕੇਵਲ ਉੱਥੇ ਪੱਛਮ ਨਾਲ ਨਹੀਂ, ਇੱਥੇ ਸਾਡੇ ਏਸ਼ੀਆ ਦੇ ਵਿੱਚ ਨੇੜੇ ਬੈਠੀਆਂ ਜਿਹੜੀਆਂ ਬਹੁਤ ਤਾਕਤਾਂ ਨੇ ਜਾਂ ਪਹਿਲਾਂ ਹੋਈਆਂ ਉਹਨਾਂ ਨਾਲ ਵੀ ਹੈ ਸੀ, ਤਾਂ ਇਹ ਵੀ ਉਹਦੇ ਵਿੱਚ ਸ਼ਾਮਿਲ ਆ। ਤਾਂ ਜੇ ਹੁਣ ਪੱਛਮ ਅਤੇ ਪੰਜਾਬ ਦੇ ਰਿਸ਼ਤੇ ਨੂੰ ਅੱਜ ਰਾਹੀਂ ਵੇਖਾਂਗੇ ਤਾਂ ਸਾਡੇ ਵਿੱਚ ਬਹੁਤ ਕਾਣ ਆ ਗਏ ਕਿ ਅਸੀਂ ਠੀਕ ਨਹੀਂ ਵੇਖ ਸਕਦੇ। ਅਤੇ ਪੱਛਮ ਅਤੇ ਪੰਜਾਬ ਦੇ ਰਿਸ਼ਤੇ ਨੂੰ ਘੱਟੋ ਘੱਟ 1849 ਤੋਂ ਵੇਖਣਾ ਪੈਣਾ ਸਾਨੂੰ, ਕਿਉਂਕਿ ਉਦੋਂ ਸਾਡਾ ਜਿਹੜਾ ਰਾਬਤਾ ਹੋਇਆ ਉਹ ਤਾਜ਼ਾ ਸੀ। ਹੁਣ ਤਾਂ ਸਾਡੇ ਵਿੱਚ ਕਈ ਕਾਰਨਾਂ ਕਰਕੇ ਕੁਝ ਸਾਡੇ ਸੋਚਣ ਵਿੱਚ ਤਬਦੀਲੀਆਂ ਆਈਆਂ ਹੋਈਆਂ ਨੇ। ਤਾਂ ਇਸ ਲਈ ਇਹ ਕੋਈ ਇਸ ਤਰ੍ਹਾਂ ਦਾ ਸਵਾਲ ਨਹੀਂ ਹੈ ਕਿ ਪੱਛਮ ਨੂੰ ਹਕਾਰਤ ਕੀਤੀ ਜਾ ਰਹੀ ਹੈ ਜਾਂ ਸਿੱਖਾਂ ਦੀ ਸਹਿਣਸ਼ੀਲਤਾ ਘੱਟ ਹੋ ਗਈ। ਅਸਲ ਵਿੱਚ ਇਹ ਹੁੰਦਾ ਕਿ ਜਦੋਂ ਤੁਸੀਂ ਕਿਸੇ ਗੱਲ ਨੂੰ ਵੇਖਣਾ ਤਾਂ ਉਸ ਗੱਲ ਨੂੰ ਵੇਖਣ ਖਾਤਰ ਉਹਦਾ ਕੋਈ ਨਾਂ ਰੱਖਣਾ ਪੈਂਦਾ, ਤਾਂ ਉਹ ਉਸ ਨੂੰ ਪੱਛਮੀ ਦ੍ਰਿਸ਼ਟੀ ਨਾਂ ਰੱਖਿਆ, ਜਿਹੜਾ ਉਹਦਾ ਮਤਲਬ ਇਹ ਆ, ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਰੱਬ ਦੇ ਚੁਣਵੇਂ ਬੰਦੇ ਆਖਿਆ ਕਿ ਅਸੀਂ ਪ੍ਰੋਮਾਈਜ਼ ਲੈਂਡ ਦੇ ਉੱਤੇ ਪੈਦਾ ਹੋਇਆ, ਅਤੇ ਜੋ ਉਹਨਾਂ ਨੇ ਚੁਣਵੇਂ ਬੰਦੇ ਬਣ ਕੇ ਦੁਨੀਆ ਦੇ ਉੱਤੇ ਕੀਤਾ ਅਤੇ ਉਹ ਸਾਡੇ ਸਾਹਮਣੇ ਆਇਆ। ਪਿੱਛੇ ਜੀ ਥੋੜ੍ਹਾ ਸਮਾਂ ਪਹਿਲਾਂ ਹੀ ਇੱਕ ਸੈਮੀਨਾਰ ਹੋਇਆ ਸੀ, ਉੱਥੇ ਕੋਈ ਇੰਗਲੈਂਡ ਤੋਂ ਸੱਜਣ ਆਏ, ਉੱਥੇ ਮੈਂ ਆਪਣੀ ਗੱਲ ਰੱਖੀ ਤਾਂ ਉਹਨਾਂ ਨੇ ਉੱਥੇ ਅੰਗਰੇਜ਼ਾਂ ਨੂੰ ਬੜਾ ਵਧੀਆ ਆਖਿਆ ਅਤੇ ਕਹਿੰਦਾ ਜੀ ਉਹ ਤਾਂ ਵੀ ਇੰਨਾ ਸਹਿਯੋਗੀ ਨੇ, ਇਉਂ ਨੇ ਵਗੈਰਾ ਵਗੈਰਾ। ਮੈਂ ਉਹਨਾਂ ਨੂੰ ਇੱਕ ਗੱਲ ਆਖੀ ਵੀ ਜਿਨ੍ਹਾਂ ਨੂੰ ਮਹਾਰਾਜ ਤੁਸੀਂ ਹੁਣ ਆਖ ਰਹੇ ਹੋ ਕਿ ਉਹ ਇੰਨੇ ਖੂਬਸੂਰਤ, ਇੰਨੇ ਸਿਆਣੇ ਨੇ ਅਤੇ ਸਾਡੇ ਵਾਲੇ ਉਜੜ ਨੇ, ਤਾਂ ਉਹ ਸਬੂਤੀਆਂ ਨੇ ਸਬੂਤੀਆਂ ਨਸਲਾਂ ਖਾ ਗਏ, ਅਤੇ ਜੇ ਤੁਸੀਂ ਉਹਨਾਂ ਨੂੰ ਕਿਸੇ ਦਾ ਜਿਹੜਾ ਲੜਾਈ ਵੇਲੇ ਦਾ ਰੂਪ ਅਤੇ ਲੜਾਈ ਤੋਂ ਬਾਅਦ ਜਿੱਤ ਕੇ ਅਗਲੇ ਦਾ ਆਪਣੇ ਆਪ ਨੂੰ ਮਤਲਬ ਉਪਕਾਰੀ ਰੂਪ ਬਣਾ ਲੈਣ ਵਾਲੇ ਨੁਕਤੇ ਤੋਂ ਫਰਕ ਨਹੀਂ ਕਰਕੇ ਦੇਖਦੇ ਤਾਂ ਫਿਰ ਸਾਡੇ ਸਾਹਮਣੇ ਸਮੱਸਿਆ ਆਵੇਗੀ। ਇਸ ਲਈ ਜੇ ਹੁਣ ਉਹਨਾਂ ਨੂੰ ਮਤਲਬ ਉਹ ਉਪਕਾਰੀ ਨਜ਼ਰੀਏ ਤੋਂ ਵੇਖਣਾ ਤਾਂ ਫਿਰ ਤੁਹਾਡੀ ਦਿੱਕਤ ਹੈ ਇਸ ਮਾਮਲੇ ਵਿੱਚ।
ਤਾਂ ਅਸੀਂ ਜਦੋਂ ਮੈਂ ਹੁਣ ਇਸ ਨੂੰ ਵੇਖਦਾ ਤਾਂ ਬੋਲੀ ਵਾਲੇ ਨਜ਼ਰੀਏ ਤੋਂ ਇਹਦੇ ਵਿੱਚ ਤਿੰਨ ਚੀਜ਼ਾਂ ਸ਼ਾਮਿਲ ਨੇ। ਇੱਕ ਤਾਂ ਜਿਹੜੀ ਉਹਨਾਂ ਨੇ ਰੇਸਿਸਟ ਨਸਲ ਦਾ ਸੀ ਨਜ਼ਰੀਆ, ਦੂਸਰਾ ਐਂਗਲੋਸਾਈਜ਼ ਅੰਗਰੇਜ਼, ਅਤੇ ਤੀਸਰਾ ਅਵੈਂਜੀਕਲ ਜਿਹੜਾ ਉਹਨਾਂ ਦੇ ਧਰਮ ਵਾਲਾ। ਤਾਂ ਇਸ ਲਈ ਇਹ ਸਾਰਾ ਕੁਝ ਹੈ ਜਿਹਨੂੰ ਮੈਂ ਪੱਛਮ ਵਜੋਂ ਆਪਣੀ ਇਸ ਗੱਲਬਾਤ ਦੇ ਵਿੱਚ ਰੱਖਿਆ। ਅਤੇ ਦੂਸਰਾ ਨੁਕਤਾ ਹੈ ਬੋਲੀ, ਕਿ ਬੋਲੀ ਕੀ ਹੈ। ਕੁਛ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜੋ ਅਸੀਂ ਬੋਲਦੇ ਹਾਂ ਜਾਂ ਜੋ ਮੈਂ ਬੋਲ ਰਿਹਾ ਇਹ ਬੋਲੀ ਹੈ, ਮੋਟੇ ਰੂਪ ਵਿੱਚ ਤਾਂ ਦਿਖਦੀ ਚੀਜ਼ ਇਹੀ ਹੈ, ਪਰ ਅਸਲ ਵਿੱਚ ਸਾਰੀ ਜ਼ਿੰਦਗੀ ਬੋਲੀ ਹੈ। ਸਾਰਾ ਬੰਦਾ ਜਿਹੜਾ ਉਹ ਬੋਲੀ ਹੈ, ਬੰਦੇ 'ਚੋਂ ਬੋਲੀ ਖਿੱਚ ਲਓ ਨਾ ਤਾਂ ਇੱਦਾਂ ਹੋ ਜਾਂਦਾ ਕਿ ਉਹਦੇ ਵਿੱਚੋਂ ਜਾਨ ਨਿਕਲ ਗਈ। ਤਾਂ ਬੋਲੀ ਬੰਦੇ ਨੂੰ ਤ੍ਰੈਕਾਲੀ ਬਣਾਉਂਦੀ ਆ ਅਤੇ ਬਹੁਤ ਦਿਸ਼ਾਵੀ ਬਣਾਉਂਦੀ ਆ। ਜਿਵੇਂ ਹੁਣ ਆਪਾਂ ਇੱਥੇ ਬੈਠੇ ਹਾਂ, ਇੱਥੇ ਬੈਠੇ ਹਾਂ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਅਤੇ ਇਹ ਗੱਲ ਦੁਨੀਆ ਭਰ ਵਿੱਚ ਅਸੀਂ ਕਿਤੇ ਮਰਜ਼ੀ ਪਹੁੰਚਾ ਸਕਦੇ ਹਾਂ ਬੋਲੀ ਰਾਹੀਂ। ਅਤੇ ਇਹ ਗੱਲ ਪਿਛਲੇ ਸਮੇਂ ਤੋਂ ਅਤੇ ਅਗਲੇ ਸਮੇਂ ਨਾਲ ਜੋੜ ਸਕਦੀ ਹੈ। ਤਾਂ ਬੋਲੀ ਏਡੀ ਵੱਡੀ ਸ਼ੈ ਆ, ਜੇ ਕਿਸੇ ਸੱਭਿਆਚਾਰ ਦੀ ਬੋਲੀ ਦੇ ਵਿੱਚ ਵੱਜ ਪੈ ਜਾਵੇ ਤਾਂ ਇਹਦਾ ਮਤਲਬ ਉਹਦੇ ਖੰਭ ਵੀ ਕੱਟੇ ਜਾਂਦੇ ਨੇ ਅਤੇ ਉਹਦਾ ਸਮਾਂ ਵੀ ਵੱਢਿਆ ਜਾਂਦਾ। ਤਾਂ ਇਸ ਲਈ ਇਹ ਇੱਕ ਬਹੁਤ ਵੱਡੀ ਗੱਲ ਹੈ। ਤਾਂ ਹੁਣ ਬੋਲੀ ਬਾਰੇ ਬਹੁਤ ਅਗਾਂਹ ਖੋਜ ਹੋ ਗਈ, ਬਲਕਿ ਕਾਫੀ ਦੇਰ ਪਹਿਲਾਂ ਹੋ ਗਈ ਸੀ। ਇੱਕ ਹਾਕੇਟ ਨਾਂ ਦਾ ਬੰਦਾ, ਉਹ ਕਹਿੰਦਾ ਜਿਹੜੇ ਬੰਦੇ ਦੇ ਜੀਨ ਨੇ ਇਹ ਚੀਜ਼ਾਂ ਯਾਦ ਰੱਖਦੇ ਨੇ, ਅਤੇ ਉਹ ਇਹ ਵੀ ਯਾਦ ਰੱਖਦੇ ਨੇ ਕਿ ਬੋਲੀ ਸਿੱਖਣੀ ਕਿਵੇਂ ਆ। ਅਤੇ ਜਿਹੜੀ ਬੰਦੇ ਦੀ ਦੇਹ, ਮਨ, ਦਿਮਾਗ, ਨਾੜੀ ਪ੍ਰਬੰਧ, ਇਹ ਸਾਰਾ ਕੁਝ ਹੁਣ ਬੋਲੀ ਵਿੱਚ ਸ਼ਾਮਿਲ ਹੋ ਗਿਆ। ਕਿ ਬੰਦਾ ਦਬਕਾ ਮਾਰੇ ਉੱਤੇ ਕਿਹੜਾ ਬੋਲ ਬੋਲਿਆਂ 'ਤੇ ਬੰਦਾ ਚੜ੍ਹਦੀ ਕਲਾ 'ਚ ਜਾਂਦਾ, ਕਿਹੜਾ ਬੋਲ ਬੋਲਿਆਂ 'ਤੇ ਬੰਦਾ ਉਦਾਸ ਹੋ ਜਾਂਦਾ, ਤਾਂ ਕਿਹੜੀ ਬੋਲੀ ਬੰਦੇ ਨੂੰ ਦਿੱਤਿਆਂ ਬੰਦਾ ਭਲਾ ਹੋਵੇਗਾ, ਕਿਹੜੀ ਬੋਲੀਆਂ ਦਿੱਤਿਆਂ ਬੰਦਾ ਬੁਰਾ ਹੋਵੇਗਾ, ਇਸ ਤਰ੍ਹਾਂ ਬਹੁਤ ਹੋ ਗਿਆ। ਤਾਂ ਇਸ ਲਈ ਜਦੋਂ ਹੁਣ ਅਗਾਂਹ ਮੈਂ ਇਹ ਨੁਕਤਾ, ਮੈਂ ਬੋਲੀ ਦਾ ਵਿਦਿਆਰਥੀ, ਇੱਕ ਕਾਰਨ ਇਸ ਕਰਕੇ ਗਿਆ ਕਿਉਂਕਿ ਬੋਲੀ ਆਜ਼ਾਦੀ ਦਾ ਇੱਕ ਬਹੁਤ ਵੱਡਾ ਸੰਦ ਹੈ। ਬੋਲੀ ਗੁਲਾਮੀ ਦਾ ਵੀ ਬਹੁਤ ਵੱਡਾ ਸੰਦ ਹੈ, ਬੋਲੀ ਆਜ਼ਾਦੀ ਦਾ ਵੀ ਬਹੁਤ ਵੱਡਾ ਸੰਬੰਧ ਹੈ। ਇਹ ਬੰਦੇ ਨੂੰ ਆਜ਼ਾਦ ਕਰਦੀ ਆ, ਪਰ ਬੋਲੀ ਨਾਲ ਦੀ ਨਾਲ ਜਿਉਂਦੀ ਵੀ ਆ ਅਤੇ ਮਰਦੀ ਵੀ ਆ। ਜੇ ਬੋਲੀ ਤੋਂ ਬੰਦੇ ਟੁੱਟ ਜਾਣ ਜਾਂ ਸੱਭਿਆਚਾਰ ਟੁੱਟ ਜਾਵੇ ਤਾਂ ਬੋਲੀਆਂ ਮਰ ਜਾਂਦੀਆਂ ਨੇ। ਤਾਂ ਤੁਸੀਂ ਲੈਂਗੁਏਜ ਡੈਥ ਬਾਰੇ ਤੁਸੀਂ ਕਿਤਾਬਾਂ ਵੇਖ ਸਕਦੇ ਹੋ। ਤਾਂ ਬੋਲੀ ਦੇ ਜਿਉਣ ਮਰਨ ਦੀ ਗੱਲ, ਜੇ ਸੱਭਿਆਚਾਰ ਆਪਦੇ ਸਾਵੇਂ ਸਾਲਮ ਸਬੂਤੇ ਰੂਪ ਵਿੱਚ ਆਪਣੀ ਰਵਾਇਤ ਨਾਲ ਜੁੜਿਆ ਹੋਇਆ ਜਿਉਂਦਾ ਤਾਂ ਉਹ ਠੀਕ ਹੈ, ਨਹੀਂ ਫਿਰ ਬੋਲੀ ਮਰ ਜਾਂਦੀ ਹੈ। ਅਤੇ ਕਈ ਵਾਰੀ ਇੱਦਾਂ ਵੀ ਹੋ ਜਾਂਦਾ ਕਿ ਇਕੱਲੀ ਬੋਲੀ ਦੀਆਂ ਆਵਾਜ਼ਾਂ ਰਹਿ ਜਾਂਦੀਆਂ ਨੇ ਅਤੇ ਉਹਦੇ ਅੰਦਰ ਪਈ ਜਿਹੜੇ ਅਰਥ ਨੇ ਉਹ ਮਰ ਜਾਂਦੇ ਹੁੰਦੇ ਨੇ। ਅਤੇ ਇਸ ਲਈ ਇਹਦੀਆਂ ਕਾਫੀ ਗੁੰਝਲਦਾਰ ਗੱਲਾਂ ਨੇ, ਚਲੋ ਸਾਰੀਆਂ ਹੁਣ ਇੱਥੇ ਕਰਨ ਦੀ ਲੋੜ ਨਹੀਂ ਹੈ। ਤਾਂ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਆ ਕਿ ਉਹ ਪੱਛਮ ਦੀ ਜਿਹੜੀ ਬੋਲੀ ਦ੍ਰਿਸ਼ਟੀ ਆ ਉਹ ਬਣੀ ਕਿਵੇਂ। ਦ੍ਰਿਸ਼ਟੀ ਦਾ ਮਤਲਬ ਹੁੰਦਾ ਨਜ਼ਰੀਆ, ਕਿ ਉਹਨਾਂ ਦੀ ਬੋਲੀ ਬਾਰੇ ਪਹੁੰਚ ਕੀ ਆ, ਉਹਨਾਂ ਨੇ ਦੂਜਿਆਂ ਨੂੰ ਬੋਲੀ ਕਿਵੇਂ ਸਿਖਾਈ, ਦੂਜਿਆਂ ਦੀ ਬੋਲੀ ਨਾਲ ਰਾਬਤਾ ਕਿਵੇਂ ਰੱਖਿਆ, ਉਹਨਾਂ ਨੇ ਬੋਲੀ ਨੂੰ ਕਿਵੇਂ ਸਮਝਿਆ, ਉਹਨਾਂ ਲਈ ਬੋਲੀ ਕੀ ਹੈ। ਤਾਂ ਬੋਲੀ ਤਾਂ ਮਨੁੱਖ ਕੋਲ ਸਦਾ ਤੋਂ ਹੈ, ਜਦੋਂ ਤੋਂ ਚਲੋ ਨਾ ਕਹੀਏ ਤਾਂ ਜਦੋਂ ਤੋਂ ਮਨੁੱਖ ਮਾੜਾ ਮੋਟਾ ਸਿਆਣਾ ਹੋਇਆ ਅਤੇ ਉਦੋਂ ਤੋਂ ਇਹ ਮੰਨਿਆ ਜਾਂਦਾ ਕਿ ਬੋਲੀ ਆ ਨਾ। ਤਾਂ ਇੱਕ ਬੰਦਾ ਤਾਂ ਇਸ ਤਰ੍ਹਾਂ ਦਾ ਪਾਕਿਸਤਾਨ ਦਾ ਬੰਦਾ ਸੀ, ਅਤੇ ਉਹ ਇਹ ਕਹਿੰਦਾ ਕਿ ਦੁਨੀਆ ਦੇ ਉੱਤੇ ਸਭ ਤੋਂ ਪਹਿਲਾਂ ਬੋਲੀ ਪੰਜਾਬ ਵਿੱਚ ਪੈਦਾ ਹੋਈ, ਅਤੇ 50,000 ਸਾਲ ਪਹਿਲਾਂ ਕਹਿੰਦਾ ਉਹ ਪੰਜਾਬ ਦੀ ਜਿਹੜੀ ਸੱਭਿਅਤਾ ਨੂੰ 50,000 ਸਾਲ ਪੁਰਾਣੀ ਲੈ ਕੇ ਜਾਂਦਾ। ਪਰ ਚਲੋ ਉਸ ਗੱਲ ਤੋਂ ਆਪਾਂ ਥੋੜ੍ਹਾ ਵੱਖ ਹੋ ਕੇ ਜੇ ਵੇਖੀਏ ਕਿ ਜਿਹੜੀ ਬੋਲੀ ਆ, ਅਤੇ ਬੋਲੀ
ਬੰਦੇ ਕੋਲ ਬੇਸ਼ੱਕ ਸਦਾ ਤੋਂ ਆ, ਪਰ ਹੁਣ ਬੋਲੀ ਉੱਦਾਂ ਨਹੀਂ ਹੈਗੀ ਕੇਵਲ ਬੋਲਣ ਦਾ ਤਰੀਕਾ ਜਾਂ ਬੋਲਣ ਦਾ ਸੰਚਾਰ ਦਾ ਤਰੀਕਾ। ਜਿਹੜੀ ਗੱਲ ਮੈਂ ਤੁਹਾਨੂੰ ਆਖੀ ਆ ਕਿ ਬੋਲੀ ਆਜ਼ਾਦੀ ਅਤੇ ਗੁਲਾਮੀ ਦਾ ਸੰਦ ਅਤੇ ਸਾਧਨ ਵੀ ਬਣਦੀ, ਤਾਂ ਇਹ ਇੱਥੇ ਤੱਕ ਚਿੰਤਨ ਜਾਂ ਮਤਲਬ ਜਿਹੜੀ ਗੱਲ ਹੁਣ ਕਮਲਜੀਤ ਸਿੰਘ ਹੋਰਾਂ ਨੇ ਕਰੀ ਆ ਕਿ ਬੰਦਿਆਂ ਦੇ ਚਿੱਤ ਨੂੰ ਕਾਬੂ ਕਰਨ ਖਾਤਰ ਬਹੁਤ ਜ਼ੋਰ ਲਾਇਆ ਜਾਂਦਾ। ਆ ਜਿਹੜੇ ਹੁਣ ਫੋਨ ਨੇ ਇਹ ਵੀ ਚਿੱਤ ਨੂੰ ਕਾਬੂ ਕਰਨ ਲਈ ਨੇ, ਅਤੇ ਇਦੋਂ ਅਗਾਂਹ ਇਹ ਵੀ ਮੰਨਿਆ ਗਿਆ ਕਿ ਕੋਈ ਯੰਤਰ ਪਾਏ ਜਾਣਗੇ ਬੰਦਿਆਂ ਦੇ ਵਿੱਚ, ਉਹ ਵੀ ਉਹਦੇ ਬਾਰੇ ਵੀ ਗੱਲ ਮਾੜੀ ਮੋਟੀ ਚੱਲਣ ਲੱਗ ਗਈ। ਇਸ ਤੋਂ ਪਹਿਲਾਂ ਇਹ ਹੈ ਕਿ ਪਹਿਲੇ ਸਮੇਂ ਵਿੱਚ ਬੰਦੇ ਨੂੰ ਕਾਬੂ ਕੀਤਾ ਕਿਉਂ ਜਾਂਦਾ ਸੀ ਜਾਂ ਕਾਬੂ ਕਰਨ ਦੀ ਲੋੜ ਕਿਉਂ ਪਈ? ਮੈਨੂੰ ਜਦੋਂ ਮੈਂ ਇਸ ਬਾਰੇ ਪੜ੍ਹਨ ਲੱਗਿਆ ਤਾਂ ਮੈਨੂੰ ਇਉਂ ਲੱਗਿਆ ਕਿ ਗੱਲ ਪਿੱਛੇ ਨੂੰ ਜਾਂਦੀ ਜਾਂਦੀ ਇਹ ਲੜਾਈਆਂ 'ਤੇ ਚਲੀ ਗਈ ਕਿ ਬੋਲੀ ਦਾ ਸੰਬੰਧ ਜੰਗਾਂ ਨਾਲ ਹੈ। ਤਾਂ ਮੈਂ ਪੱਛਮੀ ਦੁਨੀਆ ਦੀਆਂ ਨਿਰਣੇ ਜਨਕ ਜੰਗਾਂ, ਜੇ ਐਫ ਸੀ ਫੁੱਲਰ ਦੀ ਕਿਤਾਬ ਹੈ ਉਹ ਵੇਖੀ, ਅਤੇ ਉਹਦੇ ਵਿੱਚੋਂ ਕੁਛ ਨਿਰਣੇ ਨੇ ਜਿਹੜੇ ਉਹਦੇ ਵਿੱਚ। ਪਹਿਲੀ ਗੱਲ ਤਾਂ ਇਹ ਕਿ ਈਰਾਨ ਅਤੇ ਯੂਨਾਨ ਦੇ ਵਿੱਚ ਬੜਾ ਲੰਬਾ 200 ਸਾਲ ਪਹਿਲਾਂ ਪੁਰਾਣਾ ਸੰਘਰਸ਼ ਚੱਲਿਆ, ਅਤੇ ਜੇ ਐਫ ਸੀ ਫੁੱਲਰ ਆਖਦਾ ਕਿ ਉਹ ਜਿਹੜੀ ਜੰਗ ਸੀ ਯੂਨਾਨ ਅਤੇ ਈਰਾਨ ਦੀ, ਉਹ ਅੱਜ ਵੀ ਕਹਿੰਦਾ ਪੱਛਮ ਦੀ ਸਮੱਸਿਆ, ਅਤੇ ਉਹ ਸਮੱਸਿਆ ਨੇ ਕਿਵੇਂ ਅਸਰ ਪਾਇਆ ਇਸ ਸਾਰੀ ਗੱਲ 'ਤੇ। ਜਿਹੜੀਆਂ ਉਹ ਜੰਗਾਂ ਸਨ ਉਹ ਅਸਲ ਵਿੱਚ ਸੱਭਿਆਚਾਰਾਂ ਦੀਆਂ ਜੰਗਾਂ ਸਨ, ਸੱਭਿਅਤਾਵਾਂ ਦੀਆਂ ਜੰਗਾਂ ਸਨ। ਤਾਂ 479 ਅਤੇ 80 BC ਦੇ ਵਿੱਚ ਉੱਥੇ ਦੋ ਜੰਗਾਂ ਹੋਈਆਂ, ਇੱਕ ਸਲਾਮੀਸ ਅਤੇ ਇੱਕ ਪਲਾਤਿਆ ਦੀਆਂ। ਉਹਨੇ ਉਹਨਾਂ ਜੰਗਾਂ ਤੋਂ ਬਾਅਦ ਜਿਹੜੀ ਯੂਨਾਨ ਦੇ ਵਿੱਚ ਵਿਦਵਤਾ, ਯੂਨਾਨ ਦੇ ਵਿੱਚ ਬੋਲੀ ਦਾ ਸਥਾਪਿਤ ਹੋਣਾ, ਕਿਹੜੀ ਬੋਲੀ ਰਾਹੀਂ ਚਿੰਤਨ ਕਰਨਾ, ਉਹ ਸਾਰਾ ਕੁਝ ਸਥਾਪਿਤ ਹੋਇਆ। ਤਾਂ ਉਸ ਤੋਂ ਬਾਅਦ ਫਿਰ ਅਸਲ ਗੱਲ ਸ਼ੁਰੂ ਹੁੰਦੀ ਹੈ ਜਦੋਂ ਸਿਕੰਦਰ ਆਉਂਦਾ। ਤਾਂ ਸਿਕੰਦਰ ਦਾ ਪਹਿਲਾ ਨੁਕਤਾ ਇਹ ਹੈ ਕਿ ਉਹਦੀ ਬਿਰਤੀ ਸਾਮਰਾਜੀ ਸੀ। ਸਿਕੰਦਰ ਦਾ ਗੁਰੂ ਸੀ ਅਰਸਤੂ। ਉਸ ਤੋਂ ਪਹਿਲਾਂ ਵੀ ਕੁਛ ਬੰਦੇ ਉੱਥੇ ਹੋਏ, ਜਿਵੇਂ ਪਲੈਟੋ ਅਰਸਤੂ ਦਾ ਗੁਰੂ ਸੀ, ਪਰ ਪਲੈਟੋ ਨਾਲੋਂ ਅਰਸਤੂ ਬਹੁਤ ਵੱਖ ਸੋਚਦਾ ਸੀ। ਅਤੇ ਅਰਸਤੂ ਨੇ ਜਿਹੜੀਆਂ ਗੱਲਾਂ ਕੁਛ ਸਿਕੰਦਰ ਨੂੰ ਸਿਖਾਈਆਂ, ਉਹ ਗੱਲਾਂ ਕਿਵੇਂ ਉਹਨੇ ਸਾਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ। ਪਹਿਲੀ ਗੱਲ ਤਾਂ ਇਹ ਕਿ ਅਰਸਤੂ ਦਾ ਕੋਈ ਮਿੱਤਰ ਸੀ ਅਤੇ ਰਿਸ਼ਤੇਦਾਰ ਹਰਮੀਅਸ, ਉਹ ਇੱਕ ਜੰਗ ਦੇ ਵਿੱਚ ਪਰਸ਼ੀਅਨ ਨੇ ਫਾਰਸੀਆਂ ਨੇ ਮਾਰ ਦਿੱਤਾ ਸੀ। ਤਾਂ ਅਰਸਤੂ ਬਹੁਤ ਮਤਲਬ ਉਸ ਗੱਲ ਕਰਕੇ ਫਾਰਸੀਆਂ ਤੋਂ ਔਖਾ ਸੀ। ਉਹਨੇ ਸਿਕੰਦਰ ਦੇ ਮਨ ਵਿੱਚ ਫਾਰਸੀਆਂ ਪ੍ਰਤੀ ਪੂਰੀ ਨਫ਼ਰਤ ਭਰੀ। ਇਹ ਇੱਕ ਪਹਿਲਾ ਸਮਾਂ ਆਉਂਦਾ ਇਤਿਹਾਸ ਦੇ ਵਿੱਚ ਜਦੋਂ ਅੱਗੇ ਲੋਕ ਪਹਿਲਾਂ ਲੜਦੇ ਸੀ ਅਤੇ ਲੜ ਕੇ ਲੜਨ ਵਾਲਿਆਂ ਨਾਲ ਉਹਨਾਂ ਦਾ ਵਿਰੋਧ ਹੁੰਦਾ ਸੀ, ਅਤੇ ਇਹ ਪਹਿਲੀ ਵਾਰ ਆਈ ਅਤੇ ਜਦੋਂ ਕਿਸੇ ਪੂਰੀ ਦੀ ਪੂਰੀ ਮੁਕੰਮਲ ਧਰਤੀ ਉੱਥੋਂ ਦੀ ਸਾਰੀ ਹਰ ਸ਼ੈ ਬਾਰੇ ਹਕਾਰਤ ਭਰੀ ਗਈ। ਇਹ ਅਰਸਤੂ ਨੇ ਸਿਕੰਦਰ ਵਿੱਚ। ਦੂਸਰੀ ਗੱਲ, ਅਰਸਤੂ ਨੇ ਹੋਮਵਰ ਦਾ ਸ਼ਰਧਾਲੂ ਬਣਾਇਆ ਉਹਨੂੰ। ਅਤੇ ਤੀਸਰੀ ਗੱਲ, ਹੋਮਵਰ ਨੇ ਆਪਣੇ ਅਰਸਤੂ ਨੇ ਉਹਨੂੰ ਇਹ ਸਿਖਾਈ ਕਿ ਤੂੰ ਯੂਨਾਨੀਆਂ ਨੂੰ ਆਪਣੇ ਮਿੱਤਰ ਸਮਝ ਅਤੇ ਹੋਰਾਂ ਨੂੰ ਜਾਨਵਰ। ਇਹ ਜਿਹੜੀਆਂ ਤਿੰਨ ਇੰਪੋਰਟੈਂਟ ਗੱਲਾਂ ਨੇ ਜਿਹੜੀਆਂ ਸਿਕੰਦਰ ਨੂੰ ਉਹਨੇ ਸਿਖਾਈਆਂ। ਇਹ ਮੰਨਿਆ ਜਾਂਦਾ, ਜਿਹੜੇ ਯੂਰਪੀਅਨ ਨੇ ਉਹ ਇਹ ਲਿਖਦੇ ਨੇ ਕਿ ਸਿਕੰਦਰ ਨੇ ਇੱਦਾਂ ਨਹੀਂ ਵੰਡ ਕੀਤੀ, ਉਹਨੇ ਚੰਗੇ ਮਾੜਿਆਂ ਵਿੱਚ ਵੰਡ ਕਰ ਲਈ। ਵੰਡ ਉਹਨੇ ਇੱਦਾਂ ਕਰ ਲਈ ਕਿ ਜਿਹੜੇ ਭੈੜੇ ਮਨੁੱਖ ਨੇ ਉਹ ਮਾੜੇ ਨੇ, ਅਜਨਬੀ ਨੇ, ਜਿਹੜੇ ਚੰਗੇ ਮਨੁੱਖ ਨੇ ਉਹ ਅਸਲ ਯੂਨਾਨੀ ਨੇ। ਅਸਲ ਵਿੱਚ ਗੱਲ ਉਹੀ ਸੀ। ਤਾਂ ਇਸ ਲਈ ਸਿਕੰਦਰ ਨੂੰ ਫਿਰ ਇੱਕ ਦੈਵੀ ਸਮਰਾਟ ਦਾ ਸੰਕਲਪ ਮਿਲਿਆ। ਜਦੋਂ ਉੱਥੋਂ ਫਾਰਸੀਆਂ ਨਾਲ ਲੜਨ ਤੁਰਿਆ ਤਾਂ ਅਮਾਨ ਦੇ ਵਿੱਚ ਇੱਕ ਸਿਵਾ ਨਾਂ ਦਾ ਮੰਦਰ ਸੀ, ਅਤੇ ਉੱਥੋਂ ਕਹਿੰਦੇ ਉਹਨੂੰ ਭਵਿੱਖਬਾਣੀ ਹੋਈ ਕਿ ਤੂੰ ਤਾਂ ਰੱਬ ਦਾ ਭੇਜਿਆ ਹੋਇਆ ਬੰਦਾ। ਅਤੇ ਉਹਨੂੰ ਯੂਸ ਕਹਿ ਕੇ, ਯੂਸ ਦਾ ਪੁੱਤਰ ਕਹਿ ਕੇ ਪੁਕਾਰਿਆ ਗਿਆ। ਤਾਂ ਉਸ ਤੋਂ ਬਾਅਦ ਉਹ ਦੁਨੀਆ ਵਿੱਚ ਅੱਗੇ ਲੜਨ ਤੁਰਿਆ, ਅਤੇ ਇੱਥੇ
ਈਰਾਨ ਜਿੱਤਿਆ, ਈਰਾਨ ਤੋਂ ਅੱਗੇ ਜਿੱਤਿਆ ਅਤੇ ਪੰਜਾਬ ਤੱਕ ਆਇਆ। ਅਤੇ ਇਹ ਵੀ ਮੰਨਿਆ ਜਾਂਦਾ ਕਿ ਸਤਲੁਜ ਦੇ ਕੰਢੇ ਉਹਨੇ 12 ਮੰਦਰ ਬਣਵਾਏ ਸੀ ਉਸ ਘੜੀ। ਤਾਂ ਇੱਥੇ ਤੱਕ ਉਹ ਆਇਆ ਤਾਂ ਉਹਨੂੰ ਇਹ ਕਿਹਾ ਕਿ ਉਹਨੇ ਸਾਰੀ ਮਨੁੱਖ ਜਾਤੀ ਇੱਕ ਕਰਨ ਲਈ ਸਿਕੰਦਰ ਨੂੰ ਧਰਤੀ 'ਤੇ ਭੇਜਿਆ ਗਿਆ। ਤਾਂ ਉਹਨੇ ਇਹ ਕੰਮ ਕੀਤਾ ਅਤੇ ਇਸ ਲਈ ਉਹਨੇ ਕਿਹਾ ਕਿ ਜਿਹੜੀਆਂ ਭਿੰਨ ਭਿੰਨ ਰਸਮਾਂ ਨੇ, ਰਿਵਾਜ਼ ਨੇ, ਉਹ ਖਤਮ ਕੀਤੇ ਜਾਣ। ਤਾਂ ਭਿੰਨ ਭਿੰਨ ਰਸਮਾਂ ਰਿਵਾਜ਼ਾਂ ਨੂੰ ਖਤਮ ਕਰਨ ਖਾਤਰ ਉਸਨੇ ਇੱਕ ਵੱਡੀ ਲੜਾਈ ਲੜੀ। ਤਾਂ ਇੱਕ ਹੋਰ ਬੰਦਾ ਟੌਰਨ, ਉਹਨੇ ਅਲੈਗਜ਼ੈਂਡਰ 'ਤੇ ਕਿਤਾਬ ਲਿਖੀ। ਉਹ ਕਹਿੰਦਾ ਵੀ ਅਲੈਗਜ਼ੈਂਡਰ ਅਸਲ ਵਿੱਚ ਇਹ ਚਾਹੁੰਦਾ ਸੀ ਕਿ ਬੰਦੇ ਦੇ ਵਿਚਾਰਾਂ ਦੀ ਏਕਤਾ ਹੋ ਜਾਵੇ। ਕਹਿੰਦਾ ਜਿਵੇਂ ਬੰਦਿਆਂ ਦੇ ਖੂਨ ਇੱਕ ਹੈ ਤਾਂ ਉਹਨਾਂ ਦੇ ਦਿਲ ਅਤੇ ਦਿਮਾਗ ਵੀ ਇੱਕ ਹੋ ਜਾਣ। ਤਾਂ ਜਿਹੜੀ ਗੱਲ ਆਪਾਂ ਬੋਲੀ ਬਾਰੇ ਬਾਅਦ ਵਿੱਚ ਜਾ ਕੇ ਵੇਖਦੇ ਹਾਂ ਕਿ ਬੋਲੀ ਇੱਕ ਬਣਾਉਣੀ, ਤਾਂ ਉਹ ਗੱਲ ਇੱਥੋਂ ਸ਼ੁਰੂ ਹੁੰਦੀ ਹੈ ਸਿਕੰਦਰ ਤੋਂ। ਤਾਂ ਸਿਕੰਦਰ ਇਲਾਹੀ ਬਾਦਸ਼ਾਹ ਵਜੋਂ ਮਸ਼ਹੂਰ ਹੋਇਆ। ਉਹ ਕਹਿੰਦੇ ਵੀ ਇਲਾਹੀ ਬਾਦਸ਼ਾਹ ਦਾ ਸੰਕਲਪ ਸਾਡਾ ਤਾਂ ਨਹੀਂ ਹੈਗਾ, ਹੈ ਤਾਂ ਇਹ ਪੂਰਬੀ ਸੀ, ਪਰ ਕਹਿੰਦੇ ਸਿਕੰਦਰ ਨੇ ਪੂਰਬ ਤੋਂ ਲੈ ਲਿਆ ਅਤੇ ਉਹ ਫਿਰ ਬਾਦਸ਼ਾਹ ਦੀ ਰੱਬ ਵਾਂਗੂ ਪੂਜਾ ਸ਼ੁਰੂ ਹੋਈ। ਜੋ ਬਾਦਸ਼ਾਹ ਕਹਿੰਦਾ ਉਹ ਗੱਲ ਸੱਚ ਆਖਰ, ਤਾਂ ਉਹਨੂੰ ਕੋਈ ਟੋਕ ਨਹੀਂ ਸੀ ਸਕਦਾ। ਤਾਂ ਇਸ ਲਈ ਫਿਰ ਉਸ ਬਾਦਸ਼ਾਹ ਨੇ ਜੋ ਆਖਿਆ, ਜੋ ਬਾਦਸ਼ਾਹ ਬੋਲਦਾ ਸੀ ਉਹ ਬੋਲੀ ਬਣੀ, ਜੋ ਬਾਦਸ਼ਾਹ ਨੇ ਦੁਸ਼ਮਣ ਆਖਿਆ ਉਹ ਮਾਰਿਆ ਗਿਆ। ਤਾਂ ਇੱਦਾਂ ਹੋਇਆ। ਤਾਂ ਬੇਸ਼ੱਕ 323 ਦੇ ਵਿੱਚ ਸਿਕੰਦਰ ਦੀ ਮੌਤ ਹੋ ਗਈ ਅਤੇ 322 'ਚ ਉਦੋਂ ਇੱਕ ਸਾਲ ਬਾਅਦ ਅਰਸਤੂ ਮਰ ਜਾਂਦਾ। ਉਹਦੇ ਮਰਨ ਤੋਂ ਬਾਅਦ ਉਹਦਾ ਸਾਮਰਾਜ 4 ਹਿੱਸਿਆਂ 'ਚ ਵੰਡਿਆ ਜਾਂਦਾ, ਟੁੱਟ ਜਾਂਦਾ ਸਾਮਰਾਜ। ਪਰ ਫਿਰ ਵੀ ਜਿਹੜੀਆਂ ਗੱਲਾਂ ਕੁਛ ਉਹਦੇ ਨਾਲ, ਜਿਹੜੀ ਮੇਰੇ ਸਵਾਲ ਨਾਲ ਸੰਬੰਧਿਤ ਨੇ, ਕੁਛ ਗੱਲਾਂ ਜਿਹੜੀਆਂ ਸਥਾਪਿਤ ਹੋਈਆਂ। ਇੱਕ ਤਾਂ ਪਹਿਲੀ ਗੱਲ ਇਹ ਕਿ ਵਿਚਾਰਾਂ ਦੀ ਏਕਤਾ, ਪ੍ਰਗਟਾਵੇ ਦੀ ਏਕਤਾ ਦਾ ਖਿਆਲ ਇਹ ਸਥਾਪਿਤ ਹੋਇਆ, ਜਿਹੜਾ ਬਾਅਦ ਵਿੱਚ ਜਾ ਕੇ ਯੂਰਪ ਨੇ ਲਿਆ। ਅੱਛਾ, ਦੂਜਾ ਉਹਨਾਂ ਨੇ ਇਹ ਇੱਕ ਵੇਖ ਲਿਆ ਕਿ ਯੁੱਧ ਕਲਾ ਰਾਹੀਂ ਇੱਕ ਪੱਧਰ ਤੱਕ ਪਹੁੰਚਿਆ ਜਾ ਸਕਦਾ। ਉਦੋਂ ਹੀ ਕੁਛ ਬੰਦਿਆਂ ਨੇ, ਜਿਨ੍ਹਾਂ ਨੇ ਬਾਅਦ ਵਿੱਚ 1930-35 ਦੇ ਇਰਦ ਗਿਰਦ ਵੀ ਕਿਤਾਬਾਂ ਯੁੱਧ 'ਤੇ ਲਿਖੀਆਂ, ਉਹਨਾਂ ਨੇ ਆਖਿਆ ਕਿ ਉਦੋਂ ਵੀ ਸਿਕੰਦਰ ਵੇਲੇ, ਲਗਭਗ 2000 ਸਾਲ ਪਹਿਲਾਂ, 2100-2200 ਸਾਲ ਪਹਿਲਾਂ, ਤਾਂ ਉਦੋਂ ਵੀ ਕਹਿੰਦੇ ਯੁੱਧ ਕਲਾ ਓਨੀਏ ਮਹੱਤਵਪੂਰਨ ਸੀ ਅਤੇ ਓਨੀਏ ਵਿਕਸਿਤ ਸੀ। ਬੰਦੇ ਉਹੀ ਯੁੱਧ ਵਿੱਚ ਗਲਤੀਆਂ ਕਰਦੇ ਸੀ ਅਤੇ ਉਹੀ ਜਿਹੜਾ ਲੜਨ ਵਾਲਾ ਬੰਦਾ ਸੀ ਉਹਦੇ ਜਿਗਰੇ 'ਤੇ ਗੱਲ ਖੜੀ ਸੀ। ਅਤੇ ਉਹ ਕਹਿੰਦਾ ਵੀ ਯੁੱਧ ਕਲਾ ਦੇ ਵਿੱਚ ਨਹੀਂ ਕੋਈ ਵਾਲਾ ਫਰਕ ਪਿਆ, ਫਰਕ ਅਸਲ ਵਿੱਚ ਇਸ ਕਰਕੇ ਪਿਆ ਕਿ ਹੁਣ ਜਦੋਂ ਯੁੱਧ ਰਾਹੀਂ ਲੋਕਾਂ ਨੂੰ ਇੱਕ ਪੱਧਰ ਤੱਕ ਹੀ ਜਿੱਤਿਆ ਜਾ ਸਕਦਾ ਅਤੇ ਫਿਰ ਉਸ ਤੋਂ ਅਗਾਂਹ ਕਿਵੇਂ ਜਿੱਤਿਆ ਜਾਵੇ। ਅਤੇ ਉਸ ਤੋਂ ਅਗਾਂਹ ਜਿੱਤਣ ਲਈ ਉਹਨਾਂ ਦਾ ਇੱਕ ਤਰੀਕਾ ਇਹ ਸਿਕੰਦਰ ਵੇਲੇ ਹੀ ਆਜ਼ਾਦ ਹੋ ਗਿਆ ਸੀ। ਅਰਸਤੂ ਨੇ ਇਸ ਵਿੱਚ ਕਿਵੇਂ ਹਿੱਸਾ ਪਾਇਆ ਉਹ ਗੱਲ ਮੈਂ ਤੁਹਾਡੇ ਨਾਲ ਫੇਅਰ ਕਰਦਾ। ਇਹ ਉਹ ਦੂਜਾ ਹਿੱਸਾ ਸੀ ਬੋਲੀ, ਕਿ ਯੁੱਧ ਤੋਂ ਬਾਅਦ ਹੋਰ ਲੋਕਾਂ ਨੂੰ ਜਿੱਤਣ ਦਾ ਦੂਸਰਾ, ਜਿਹੜਾ ਯੁੱਧ ਤੋਂ ਅਗਲਾ ਤਰੀਕਾ, ਜਿਹੜੀ ਗੱਲ ਆਪਾਂ ਬਾਅਦ ਵਿੱਚ ਸੇਵਕ ਸਿੰਘ ਵਾਲੀ ਕਿਤਾਬ ਵਿੱਚ ਪੜ੍ਹਦੇ ਹਾਂ, ਉਹਨਾਂ ਨੇ ਸ਼ਬਦ ਜੰਗ ਵਿੱਚ ਇਹ ਆਖਿਆ ਕਿ ਜਿਹੜੀ ਯੁੱਧ ਹੈ ਜਾਂ ਜਿਹੜੀ ਲੜਾਈ ਹੈ ਅਤੇ ਇਹ ਸ਼ਬਦ ਜੰਗ ਦਾ ਇੱਕ ਹਿੱਸਾ। ਤਾਂ ਇਸ ਤਰੀਕੇ ਇਹ ਗੱਲ ਇੰਨੀ ਪੁਰਾਣੀ। ਅੱਛਾ, ਫਿਰ ਅਗਲੀ ਇੱਕ ਤੀਜੀ ਗੱਲ ਜਿਹੜੀ ਸਥਾਪਿਤ ਹੋਈ ਉਹ ਇਹ ਕਿ ਮਨੁੱਖ ਇੱਕ ਸਾਮਰਾਜ ਵਿੱਚ ਰਹਿਣ ਅਤੇ ਜਿਹੜੇ ਸਾਮਰਾਜ ਵਿੱਚ, ਜਿਹੜਾ ਮਤਲਬ ਆਪਣਾ ਸਾਮਰਾਜ ਨੂੰ ਉੱਤਮ ਕਹਿਣਾ, ਉਹਦੀ ਬੋਲੀ ਉੱਤਮ ਕਹਿਣਾ, ਜਿਵੇਂ ਉੱਥੇ ਲਤੀਨੀ ਅਤੇ ਯੂਨਾਨੀ ਦੋਵੇਂ ਬੋਲੀਆਂ ਇੰਪੋਰਟੈਂਟ ਬਣ ਗਈਆਂ, ਉਹ ਸੱਭਿਅਕ ਲੋਕਾਂ ਦੀਆਂ ਬੋਲੀਆਂ ਬਣ ਗਈਆਂ ਅਤੇ ਬਾਕੀ ਕਮਜ਼ੋਰ ਹੋ ਗਈਆਂ। ਅਤੇ ਇੱਕ ਜਿਹੜੀ ਅਗਲੀ ਗੱਲ ਇਹ ਕਿ ਜਿਹੜੀ ਆਪਾਂ ਬਾਅਦ ਵਿੱਚ ਵੇਖਦੇ ਹਾਂ ਪ੍ਰਗਟ ਹੋਈ ਬਹੁਤ, ਕਿ ਭੈੜਿਆਂ ਦਾ ਖਾਤਮਾ ਕਰੋ। ਅਤੇ ਜਿਹੜੀ ਪ੍ਰਭਜੋਤ ਸਿੰਘ ਗੱਲ ਹੋਣਾ ਨੇ ਗੱਲ ਆਖੀ ਕਿ ਭੈੜੇ ਨੂੰ ਪ੍ਰਭਾਸ਼ਿਤ ਕਿਸ ਨੇ ਕਰਨਾ,
ਹੈ ਨਾ, ਕਿ ਜੇ ਤੁਸੀਂ ਮਨੁੱਖ ਹੋ ਤਾਂ ਹੀ ਮਨੁੱਖੀ ਅਧਿਕਾਰ ਨੇ। ਜੇ ਤੁਹਾਨੂੰ ਮਤਲਬ ਜਿਵੇਂ ਹੁਣ ਕਹਿ ਦਿੱਤਾ ਜਾਂਦਾ ਵੀ ਅੱਤਵਾਦੀ ਨੇ ਜੀ, ਇਹਨਾਂ ਨੂੰ ਤਾਂ ਮਤਲਬ ਮਾਰ ਦੇਵੋ, ਤੁਸੀਂ ਫੜਦੇ ਕਿਉਂ? ਕਹਿੰਦੇ ਲੋਕ ਵੀ ਇਹ ਆਖਦੇ ਨੇ ਕਿ ਫੜਦੇ ਕਿਉਂ, ਤੁਸੀਂ ਮੌਕੇ 'ਤੇ ਮਾਰ ਦੇਵੋ ਇਹਨਾਂ ਨੂੰ। ਤਾਂ ਇਸ ਤਰੀਕੇ ਭੈੜਿਆਂ ਦੇ ਖਾਤਮੇ ਦੀ ਗੱਲ ਜਿਹੜੀ ਸਥਾਪਿਤ ਕੀਤੀ, ਤਾਂ ਉਹਨਾਂ ਦਾ ਰਵਾਇਤ ਪਰੰਪਰਾ ਸਭ ਕੁਝ ਉਹਨਾਂ ਦਾ ਖਤਮ ਕਰਨਾ। ਜਦੋਂ ਸਿਕੰਦਰ ਪਰਸ਼ੀਆ ਵਿੱਚ ਆਇਆ ਜਿੱਤਣ, ਤਾਂ ਉਹਨੇ ਉਹਨਾਂ ਦੀਆਂ ਲਾਇਬ੍ਰੇਰੀਆਂ ਸਾੜੀਆਂ, ਕੁਤਬਖਾਨੇ, ਅਤੇ ਮਤਲਬ ਵੱਡੇ ਪੱਧਰ ਦੇ ਉੱਤੇ। ਪਰਸ਼ੀਆ ਬਹੁਤ ਅਮੀਰ ਸੀ, ਬਹੁਤ ਬਹੁਤ ਅਗਾਂਹ ਵਧੂ ਸੱਭਿਅਤਾ ਸੀ ਉਹਨਾਂ ਦੀ, ਅਤੇ ਉਹ ਉਹਨਾਂ ਨੇ ਖਤਮ ਕੀਤੀ। ਤਾਂ ਯੂਨਾਨ ਦੀ ਫਿਰ ਇੱਕ ਪੰਜਵਾਂ ਨੁਕਤਾ ਇਹ ਸਥਾਪਿਤ ਹੋਇਆ ਕਿ ਯੂਨਾਨ ਬੌਧਿਕ ਤੌਰ 'ਤੇ ਵੱਡਾ, ਯੂਨਾਨ ਦੀ ਬੌਧਿਕ ਵਡਿਆਈ ਕਰਨੀ ਅਤੇ ਯੂਨਾਨੀ ਨੂੰ ਮਾਸਟਰ ਬੋਲੀ ਵਜੋਂ ਸਥਾਪਿਤ ਕਰਨਾ, ਅਤੇ ਕਿ ਪੂਰਬੀ ਬੋਲੀਆਂ ਨੇ ਜਿਹੜੀਆਂ ਉਹ ਇਹਨਾਂ ਤੋਂ ਹੀਣ ਨੇ। ਅਤੇ ਇਹ ਜਿਹੜੀ ਬੋਲੀ ਦ੍ਰਿਸ਼ਟੀ ਆ ਪੱਛਮ ਦੀ, ਉਹਦੇ ਵਿੱਚ ਪਿਛਲੇ ਪਾਸੇ ਇਹ ਗੱਲ ਆਈ। ਤਾਂ ਹੌਲੀ ਹੌਲੀ ਫਿਰ ਰੋਮਨ ਸਾਮਰਾਜ ਆਇਆ, ਤਾਂ ਫਿਰ ਈਸਾਈ ਸਲਤਨਤ ਆਈ, ਤਾਂ ਉਹਦੇ ਨਾਲ ਇਹ ਗੱਲਾਂ ਹੋਰ ਡਿਵੈਲਪ ਹੋਈਆਂ, ਇਹੀ ਗੱਲਾਂ ਹੋਰ ਵੱਡੇ ਰੂਪ ਵਿੱਚ ਸਥਾਪਿਤ ਹੋ ਗਈਆਂ। ਤਾਂ ਜਦੋਂ ਸਿਕੰਦਰ ਨੇ, ਤਾਂ ਉਸ ਤੋਂ ਬਾਅਦ ਜਿਹੜੀਆਂ ਉੱਥੇ ਲੜਾਈਆਂ ਹੋਈਆਂ, ਕੁਛ ਲੜਾਈਆਂ ਦੇ ਵਿੱਚ ਇਹ ਹੋਇਆ ਕਿ ਜਿਹੜੇ ਹਾਰੇ ਹੋਏ ਲੋਕ ਨੇ ਉਹਨਾਂ ਤੋਂ ਹਥਿਆਰ ਖੋਹੋ, ਅਤੇ ਦੂਸਰੀ ਗੱਲ ਉਹਨਾਂ ਨੂੰ ਉਹਨਾਂ ਦੇ ਸ਼ਹਿਰਾਂ ਵਿੱਚ ਬੰਦ ਕਰੋ, ਅਤੇ ਦੂਜੇ ਪਾਸੇ ਦੂਜੇ ਸ਼ਹਿਰਾਂ ਵਿੱਚ ਉਹਨਾਂ ਦੇ ਵਿਆਹ ਕਰਨੇ, ਦੂਜੇ ਸ਼ਹਿਰਾਂ ਵਿੱਚ ਉਹਨਾਂ ਦੀ ਜ਼ਮੀਨ ਰੱਖਣੀ, ਇਹ ਬੰਦ ਕਰੋ। ਤਾਂ ਜਦੋਂ ਸਾਡੇ ਨਾਲ ਅੰਗਰੇਜ਼ਾਂ ਦਾ ਵਾਹ ਪਿਆ, ਤਾਂ ਸਾਡੇ ਨਾਲ ਜਿਹੜੀਆਂ ਸਿਕੰਦਰ ਵੇਲੇ ਦੋ ਗੱਲਾਂ ਸਥਾਪਿਤ ਹੋ ਗਈਆਂ ਸੀ, ਉਹ ਦੋਵੇਂ ਵਾਪਰੀਆਂ ਕਿ ਹਥਿਆਰ ਖੋਹੇਗਾ ਅਤੇ ਬੋਲੀ ਖੋਹੀ ਗਈ। ਬੋਲੀ ਖੋਹੀ ਕਿਵੇਂ ਗਈ, ਇਹਦੇ ਬਾਰੇ ਮੈਂ ਤੁਹਾਡੇ ਨਾਲ ਕਦੇ ਫੇਰ ਗੱਲ ਕਰਾਂਗਾ, ਆਪਾਂ ਆਪਣੀ ਕੇਵਲ ਅੱਜ ਬੋਲੀ ਦ੍ਰਿਸ਼ਟੀ 'ਤੇ ਹੀ ਗੱਲ ਹੈ। ਤਾਂ ਇਸ ਲਈ ਇਹ ਲੜਾਈ ਨੂੰ ਜਦੋਂ ਆਪਾਂ ਵੇਖਦੇ ਹਾਂ, ਤਾਂ ਬੋਲੀ ਆ ਜਿਹੜੀ ਉਹ ਸਜ਼ਾ ਦਾ ਮਾਧਿਅਮ ਵੀ ਬਣੀ। ਸਾਨੂੰ ਇੱਥੇ ਅੰਗਰੇਜ਼ਾਂ ਨੇ ਜਿਹੜੀ ਸਜ਼ਾ ਦਿੱਤੀ, ਉਹ ਸਜ਼ਾ ਦੇ ਵਿੱਚ ਇੱਕ ਸਜ਼ਾ ਬੋਲੀ ਦੀ ਵੀ ਸੀ। 1853 ਵਿੱਚ ਜਿਹੜਾ ਪੰਜਾਬ ਦੇ ਵਿੱਚ ਵਿੱਦਿਅਕ ਢਾਂਚਾ ਵਿਕਸਿਤ ਕਰਨਾ ਸੀ, ਉਹਦੇ ਖਾਤਰ ਜੁਡੀਸ਼ੀਅਲ ਕਮਿਸ਼ਨਰ ਦੇ ਜਿਹੜੇ ਮੀਟਿੰਗ ਦੇ ਮਿੰਟਸ ਨੇ, ਕਾਫੀ ਲੰਮੇ ਨੇ ਉਹ, ਉਹਦੇ ਵਿੱਚ ਉਹ ਇਹ ਆਖਦਾ ਕਿ ਪੰਜਾਬੀ ਐਂਡ ਗੁਰਮੁਖੀ ਇਹ ਦੋਵਾਂ ਨੂੰ ਓਫੀਸ਼ੀਅਲੀ ਡਿਸਯੂਜ਼ ਕਰਨ ਦੀ ਸਿਫਾਰਿਸ਼ ਕਰਦਾ ਉਹ, ਕਿ ਇਹਨਾਂ ਦੀ ਵਰਤੋਂ ਬੰਦ ਕਰਨ ਦੀ ਸਿਫਾਰਿਸ਼ ਕਰਦਾ। ਤਾਂ ਇਸ ਤਰੀਕੇ ਉਹ ਗੱਲ ਬਣੀ। ਅੱਛਾ, ਦੂਸਰਾ, ਪਹਿਲੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਕਿ ਬੋਲੀ ਖਾਤਰ ਜਿਹੜੀ ਦ੍ਰਿਸ਼ਟੀ ਨਾਲ ਸਾਡਾ ਵਾਹ ਪਿਆ, ਉਹ ਜੰਗਾਂ ਵਿੱਚੋਂ ਕਿਵੇਂ ਬਣੀ, ਅਤੇ ਅਖੀਰ ਜਦੋਂ ਉਹਦਾ ਸਾਡੇ 'ਤੇ ਅਸਰ ਪੈਣਾ ਸ਼ੁਰੂ ਹੋਇਆ, ਤਾਂ ਉਹ ਜੰਗ ਤੋਂ ਤੁਰਤ ਬਾਅਦ ਹੀ ਉਹਦਾ ਅਸਰ ਪੈਣਾ ਕਿਵੇਂ ਸ਼ੁਰੂ ਹੋਇਆ, ਪਹਿਲੀ ਗੱਲ। ਅੱਛਾ, ਦੂਜੀ ਗੱਲ ਇਹ ਕਿ ਬੋਲੀ ਰਾਜ ਦੀ ਮਲਕੀਅਤ ਬਣੀ। ਪਹਿਲਾਂ ਬੋਲੀ ਰਾਜ ਦੀ ਮਲਕੀਅਤ ਨਹੀਂ ਸੀ ਹੁੰਦੀ, ਕਿਉਂਕਿ ਜਦੋਂ ਰਾਜ ਹੀ ਨਹੀਂ ਸੀ, ਜਦੋਂ ਬਹੁਤ ਛੋਟੀ ਚੀਜ਼ ਸੀ, ਜਾਂ ਜਦੋਂ ਰਾਜ ਨੂੰ ਇਹੀ ਨਹੀਂ ਸੀ ਪਤਾ ਵੀ ਬੋਲੀ ਚੀਜ਼ ਕੀ ਹੁੰਦੀ ਆ, ਤਾਂ ਉਦੋਂ ਮਲਕੀਅਤ ਨਹੀਂ ਸੀ। ਇਹ ਵੀ ਇਹ ਗੱਲ ਦੇ ਵਿੱਚ ਵੀ ਅਰਸਤੂ ਦਾ ਹੀ ਹਿੱਸਾ, ਉਹਨੇ 4th century ਈਸਵੀ ਵਿੱਚ ਉਹ ਹੋਇਆ, ਅਤੇ ਉਦੋਂ ਉਹਨੇ ਕੁਛ ਗੱਲਾਂ ਆਖੀਆਂ। ਇੱਕ ਗੱਲ ਤਾਂ ਉਹਨੇ ਆਖੀ ਕਿ ਬੰਦਾ ਜਿਹੜਾ ਇਹ ਸਾਧਿਆ ਜਾ ਸਕਦਾ, ਇਹ ਸਾਧਣ ਯੋਗ ਸ਼ਾਇਆ, ਜਿਹੜੀ ਗੱਲ ਕਮਲਜੀਤ ਸਿੰਘ ਹੋਰੀ ਦੱਸਦੇ ਸੀ ਕਿ ਇਹਨੂੰ ਸਿਖਾਇਆ ਜਾ ਸਕਦਾ। ਅਤੇ ਦੂਜਾ ਉਹ ਕਹਿੰਦਾ ਵੀ ਬੰਦੇ ਦਾ ਜਿਹੜਾ ਪਾਲਣ ਪੋਸ਼ਣ ਆ ਅਤੇ ਕਿੱਤੇ ਨੇ, ਇਹ ਕਾਨੂੰਨ ਰਾਹੀਂ ਨਿਸ਼ਚਿਤ ਕਰੋ, ਆਪ ਮੁਹਾਰੇ ਨਾ ਕਰਦੇ ਫਿਰਨ ਲੋਕ, ਵੀ ਜੋ ਕੁਝ ਕਰਨਾ, ਜਿਵੇਂ ਹੁਣ ਆਪਾਂ ਵੇਖਦੇ ਹਾਂ ਨਾ ਕਿ ਤੁਸੀਂ ਜੋ ਵੀ ਕੰਮ ਕਰਨਾ ਤਾਂ ਤੁਸੀਂ ਸਰਕਾਰ ਤੋਂ ਉਹਦੀ ਮਨਜ਼ੂਰੀ ਲਓ, ਹੈ ਨਾ। ਜੇ ਸਕੂਲ ਖੋਲ੍ਹਣਾ ਤਾਂ ਸਕੂਲ ਦੀ ਮਨਜ਼ੂਰੀ ਲਓ, ਜੇ ਕੋਈ ਤੁਸੀਂ ਦੁਕਾਨ ਕਰਨੀ ਆ, ਹੱਟੀ ਕਰਨੀ ਆ, ਕੋਈ ਵੀ ਮਰਜ਼ੀ, ਤੁਸੀਂ ਸਰਕਾਰ ਤੋਂ ਮਨਜ਼ੂਰੀ ਲਓ। ਇਹ ਉਦੋਂ ਦੀ, ਮਤਲਬ 2000 ਤੋਂ ਪਹਿਲਾਂ ਦੀ ਸਥਾਪਿਤ ਹੋਈ ਚੀਜ਼। ਅੱਛਾ, ਫਿਰ ਉਹ ਕਹਿੰਦਾ ਵੀ ਜੇ ਰਾਜ ਨੂੰ ਤੁਸੀਂ ਚਿਰਸਥਾਈ ਬਣਾਉਣਾ, ਤਾਂ ਇਹਦੇ ਖਾਤਰ
ਇੱਕ ਤਾਂ ਉਹ ਸੰਸਥਾਵਾਂ ਜਿਹੜੀਆਂ ਸਟੇਟ ਦੀਆਂ ਹੋਣ, ਸਟੇਟ ਸਪੋਂਸਰਡ ਹੋਣ, ਸੱਤਾ ਦੀਆਂ ਹੋਣ। ਦੂਸਰਾ ਉਹ ਕਹਿੰਦਾ ਜਿਹੜੀਆਂ ਸਟੇਟ ਕੰਟਰੋਲਡ ਹੋਣ, ਉਹਨਾਂ ਰਾਹੀਂ ਹੀ ਬੰਦੇ ਨੂੰ ਤੁਸੀਂ ਸਿੱਖਿਅਤ ਕਰੋ ਜੇ ਤੁਸੀਂ ਰਾਜ ਨੂੰ ਸਿਰ ਚਿਰਸਥਾਈ ਬਣਾਉਣਾ। ਜਿਹੜੀ ਗੱਲ ਮੈਂ ਤੁਹਾਡੇ ਨਾਲ ਪਹਿਲਾਂ ਕਰੀ ਕਿ ਯੁੱਧ ਰਾਹੀਂ ਲੋਕਾਂ ਨੂੰ ਇੱਕ ਪੱਧਰ ਤੱਕ ਹੀ ਜਿੱਤਿਆ ਜਾ ਸਕਦਾ, ਇੱਕ ਹੱਦ ਤੱਕ ਹੀ ਜਿੱਤਿਆ ਜਾ ਸਕਦਾ। ਰਾਜਾ ਕਮਜ਼ੋਰ ਹੋਇਆ ਤਾਂ ਫਿਰ ਲੋਕ ਉੱਠ ਕੇ ਫਿਰ ਲੜ ਪੈਂਦੇ ਨੇ। ਤਾਂ ਲੰਬੇ ਸਮੇਂ ਤੱਕ ਜੇ ਲੋਕਾਂ ਨੂੰ ਜਿੱਤਣਾ ਤਾਂ ਉਹਨਾਂ ਨੂੰ ਤੁਸੀਂ ਸਿੱਖਿਅਤ ਕਰੋ, ਉਹਨਾਂ ਨੂੰ ਪੜ੍ਹਾਓ ਹੀ ਉਹ ਕੁਛ ਜੋ ਕੁਛ ਤੁਹਾਨੂੰ ਲੋੜ ਆ। ਬੰਦੇ ਬਾਰੇ ਜੇ ਤੁਸੀਂ ਅਧਿਐਨ ਕਰੋਗੇ ਤਾਂ ਬੰਦੇ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਲੱਛਣ ਇਹ ਆ ਕਿ ਬੰਦਾ ਆਦਤਾਂ ਰਾਹੀਂ ਜਿਉਂਦਾ। ਤੁਸੀਂ ਬੰਦੇ ਨੂੰ ਆਦਤਾਂ ਸਿਖਾ ਦਿਉ, ਉਦੋਂ ਬਾਅਦ ਉਹਨੂੰ ਲੱਖ ਗਿਆਨ ਦੇਈ ਜਾਓ, ਉਹ ਗਿਆਨ ਕਿਤੇ ਨਹੀਂ, ਕੁਛ ਕੋਈ ਕੰਮ ਨਹੀਂ ਕਰਦਾ ਹੈ। ਵਿੱਦਿਅਕ ਢਾਂਚਾ ਬੰਦੇ ਨੂੰ ਸੱਤਾ ਦੇ ਹਿਸਾਬ ਦੀਆਂ ਆਦਤਾਂ ਸਿਖਾਉਣ ਦੇ ਵਿੱਚ ਬਹੁਤ ਮਹੱਤਵਪੂਰਨ ਆ। ਨੌਵੇਂ ਪਾਤਸ਼ਾਹ ਦੀ ਇੱਕ ਪੰਕਤੀ ਆ, ਉਹ ਹੈ ਕਿ ਇਹ ਮਨ ਨੈਕ ਨਾ ਕਹਿਓ ਕਰੈ, ਸੀਖ ਸਿਖਾਏ ਰਹਿਓ ਆਪਣੇ ਸੀ, ਦੁਰਮਤ ਤੇ ਨਾ ਡਰੈ। ਉਹ ਕਹਿੰਦੇ ਵੀ ਇਹ ਜਿਹੜਾ ਮਨ ਹੈ ਇਹ ਸਿੱਧੇ ਕੰਮ ਨਹੀਂ ਕਰਦਾ ਹੈ, ਕਿ ਸਿੱਖਣਾ ਸਿਖਾਉਣਾ ਤਾਂ ਪਾਸੇ ਰਹਿ ਜਾਂਦਾ, ਦੁਰਮਤ ਤੇ ਨਾ ਡਰੈ। ਜੇ ਬੰਦੇ ਨੂੰ ਤੁਸੀਂ ਦੁਰਮਤ ਜਾਂ ਜਿਹੜੀ ਉਹਨੂੰ ਬਿਰਤੀ ਜਾਂ ਜਿਹੜੀਆਂ ਆਦਤਾਂ ਸਿਖਾ ਦਿੱਤੀਆਂ, ਸਿੱਖਿਆ ਢਾਂਚਾ ਮਨੁੱਖਾਂ ਨੂੰ ਪੜ੍ਹਾਉਣ ਖਾਤਰ ਨਹੀਂ ਹੈ, ਸਿੱਖਿਆ ਢਾਂਚਾ ਮਨੁੱਖਾਂ ਨੂੰ ਸਿਖਾਉਣ ਖਾਤਰ ਹੈ, ਮਨੁੱਖਾਂ ਦੀਆਂ ਆਦਤਾਂ ਪਕਾਉਣ ਖਾਤਰ ਹੈ। ਜਦ ਮਤਲਬ ਰੋਜ਼ ਪਰੇਡ ਹੁੰਦੀ ਹੈ ਵੀ ਜਨ ਗਨ ਮਨ ਜਾਂ ਹੋਰ ਤਾੜੀਆਂ ਫਾੜੀਆਂ ਜੋ ਵੱਜਦੀਆਂ ਨੇ, ਅਤੇ ਉਹ ਬੰਦੇ ਦਾ ਸਾਰੀ ਉਮਰ ਲਈ ਜਿਹੜੀ ਬਿਰਤੀ ਹੈ ਅਤੇ ਉਹਦੇ ਅੰਗ ਪੈਰ ਨੇ ਉਹਨਾਂ ਨੂੰ ਚੱਲਣ ਲਾ ਆਉਂਦੀਆਂ। ਤਾਂ ਇਸ ਤਰੀਕੇ ਇਹ ਗੱਲ ਜਦੋਂ ਉਹਨੇ ਚੌਥੀ ਸਦੀ ਈਸਵੀ ਵਿੱਚ ਕਹੀ ਕਿ ਜੇ ਤੁਸੀਂ ਸਿੱਖਿਆ ਢਾਂਚੇ ਵਿੱਚ ਅਣਗਹਿਲੀ ਕਰਦੇ ਹੋ ਤਾਂ ਇਹਦਾ ਮਤਲਬ ਤੁਹਾਡੇ ਰਾਜ ਨੂੰ ਖਤਰਾ। ਤਾਂ ਸਿੱਖਿਆ ਕਿਹੜੀ ਬੋਲੀ ਵਿੱਚ ਦੇਣੀ ਆ ਉਹ ਵੀ ਸੱਤਾ ਨਿਸ਼ਚਿਤ ਕਰੇਗੀ, ਅਤੇ ਕਿਹੜੀ ਸਿੱਖਿਆ ਦੇਣੀ ਆ, ਕੀ ਪੜ੍ਹਾਉਣਾ, ਉਹ ਵੀ ਸੱਤਾ ਨਿਸ਼ਚਿਤ ਕਰੇਗੀ। ਸਾਡੇ ਜਦੋਂ ਇੱਥੇ ਪਹਿਲਾਂ ਸਿੱਖਿਆ ਦਿੱਤੀ ਜਾਂਦੀ ਸੀ ਸਾਡੇ ਹੋਰ ਕਿਸਮ ਦੀ ਸੀ। ਅੱਛਾ, ਜਦੋਂ ਸਿੱਖਿਆ ਨਾਲ ਫਿਰ ਸੱਤਾ ਕੋਲ ਸਿੱਖਿਆ ਵੀ ਹੋ ਗਈ, ਪ੍ਰਸ਼ਾਸਨ ਵੀ ਹੋ ਗਿਆ, ਨਿਆਂ ਕਾਨੂੰਨ ਵੀ ਹੋ ਗਈ, ਫੌਜ ਵੀ ਹੋ ਗਈ, ਵਪਾਰ ਵੀ ਹੋ ਗਿਆ। ਜਿਹੜੀ ਇੱਕ ਬੋਲੀ ਹੁੰਦੀ ਆ, ਬੋਲੀ ਬੰਦੇ ਦਾ ਜੀਵਨ ਹੈ ਨਾ, ਅਤੇ ਜਦੋਂ ਬੰਦੇ ਦੇ ਜੀਵਨ ਨਾਲ ਸੰਬੰਧਿਤ ਵਪਾਰ, ਖਾਣ ਪੀਣ, ਰਹਿਣ ਸਹਿਣ, ਪ੍ਰਸ਼ਾਸਨ, ਨਿਆਂ ਕਾਨੂੰਨ, ਵਿੱਦਿਆ, ਸਾਰਾ ਕੁਛ ਸੱਤਾ ਦੇ ਕੋਲ ਚਲਿਆ ਗਿਆ ਤਾਂ ਬੋਲੀ ਸੱਤਾ ਦੀ ਹੋ ਗਈ। ਤਾਂ ਇੱਕ ਤਰੀਕੇ ਨਾਲ ਜਦੋਂ ਬੋਲੀ ਸੱਤਾ ਦੀ ਹੋ ਗਈ ਤਾਂ ਇੱਦਾਂ ਦੀ ਗੱਲ ਹੈ ਜਿਵੇਂ ਆਪਾਂ ਕੰਪਿਊਟਰ ਨੂੰ ਕਮਾਂਡ ਦਿੰਦੇ ਹਾਂ ਨਾ, ਤਾਂ ਇੱਦਾਂ ਕਮਾਂਡਾਂ ਚੱਲਦੀਆਂ ਨੇ। ਤੁਸੀਂ ਬਾਅਦ ਵਿੱਚ ਇੱਕ ਬੰਦਾ ਹੋਇਆ ਪੱਛਮ ਦਾ, ਮਿਸ਼ੇਲ ਫੂਕੋ, ਉਸਨੇ ਕਿਤਾਬ ਲਿਖੀ ਆ ਡਿਸਿਪਲਿਨ ਐਂਡ ਪੁਨਿਸ਼। ਉਹਦੇ ਵਿੱਚ ਉਹ ਕਹਿੰਦਾ ਕਿ ਸਭ ਤੋਂ ਵਧੀਆ ਅਨੁਸ਼ਾਸਿਤ ਲੋਕਾਂ ਦਾ ਜਿਹੜਾ ਲੱਛਣ ਹੈ ਸੱਤਾ ਦੇ ਮੁਤਾਬਕ ਸਿੱਧੇ ਹੋਇਆਂ ਦਾ, ਉਹ ਹੁੰਦਾ ਕਹਿੰਦਾ ਫੌਜ, ਹੈ ਨਾ। ਉਹ ਕਹਿੰਦਾ ਫੌਜ ਦੇ ਵਿੱਚ ਕੀ ਹੈ ਕਿ ਜਿਹੜਾ ਉਹਨਾਂ ਦਾ ਆਗੂ ਹੈ, ਕਮਾਂਡਰ ਹੈ, ਉਹ ਇੱਕ ਹੁਕਮ ਦਿੰਦਾ, ਇੱਕ ਬੋਲ ਬੋਲਦਾ ਕਿ ਸਾਰੇ ਉੱਠ ਖੜ੍ਹਦੇ ਨੇ, ਸਾਰੇ ਸਿੱਧੇ ਹੋ ਜਾਂਦੇ ਨੇ। ਤਾਂ ਮਤਲਬ ਸੱਤਾ ਕਿਵੇਂ ਅਨੁਸ਼ਾਸਿਤ ਕਰਦੀ ਹੈ, ਉਹ ਗੱਲ ਨੂੰ ਅਗਾਂਹ ਅੱਗੇ ਲੈ ਕੇ ਜਾਂਦਾ ਕਿ ਇਹ ਜਿਹੜਾ ਅਨੁਸ਼ਾਸਿਤ ਕਰਨ ਦਾ ਤਰੀਕਾ, ਅਤੇ ਇਹ ਫਿਰ ਪਹਿਲਾਂ ਤਾਂ ਡਾਂਗ ਨਾਲ ਸੀ ਅਤੇ ਫਿਰ ਜੇਲ੍ਹਾਂ ਵਿੱਚ ਬਦਲਿਆ। ਉਹ ਕਹਿੰਦਾ ਵੀ ਹੁਣ ਇਹ ਵਿੱਦਿਆ ਦਾ ਅਤੇ ਆਹ ਜਿਹੜਾ ਇਲਾਜ ਦਾ ਢਾਂਚਾ ਇਹਦੇ ਵਿੱਚ ਬਦਲ ਗਿਆ। ਇਸ ਲਈ ਇਹ ਗੱਲ ਕਿੱਥੋਂ ਇੰਨੀ ਪੁਰਾਣੀ ਹੋਈ ਹੈ ਕਿ ਇਹ ਜਿਹੜੇ ਸਾਰੇ ਸੱਤਾ ਵੱਲੋਂ ਦਾਬੇ ਵਾਲੇ ਕਾਰਕ ਨੇ ਉਹ ਸਾਰੇ ਬੋਲੀ ਨੂੰ ਕਾਬੂ ਕਰ ਲੈਂਦੇ ਨੇ। ਤਾਂ ਇਹਦੇ ਵਿੱਚ ਜੇ ਤਾਂ ਸੱਤਾ ਆਪਣੀ ਹੋਵੇ ਕਿਸੇ ਧਰਤੀ ਦੀ, ਮੰਨ ਲਓ ਇੰਗਲੈਂਡ ਵਾਲਿਆਂ ਦੀ ਆਪਣੀ ਆ, ਫਰਾਂਸ ਵਾਲਿਆਂ ਦੀ ਆਪਣੀ ਆ, ਉਹਨਾਂ ਦੀ ਬੋਲੀ ਲਈ ਤਾਂ ਫਿਰ ਉਹ ਬਹੁਤ ਖੂਬ, ਉਹ ਬਹੁਤ ਪਲਵਾਨ ਹੁੰਦੀ ਆ, ਉਹਨੂੰ ਤਕੜੀ ਕਰਦੇ ਆ।
ਪਰ ਜੇ ਜਿਹੜੀ ਸੱਤਾ ਪਰਾਈ ਹੈ ਤਾਂ ਫਿਰ ਉਹ ਦੂਸਰਿਆਂ ਦੀ ਬੋਲੀ ਨਾਲ ਕੀ ਕਰੇਗੀ? ਉਹ ਉਹੀ ਗੱਲ ਕਰੇਗੀ ਜਿਹੜੀ ਗੱਲ ਸਿਕੰਦਰ ਨੂੰ ਅਰਸਤੂ ਨੇ ਸਿਖਾਈ ਕਿ ਸੀ ਕਿ ਇਹ ਦੂਸਰੇ ਜਾਨਵਰ ਨੇ ਅਤੇ ਜਾਨਵਰਾਂ ਦੀ ਬੋਲੀ ਨਹੀਂ ਰੱਖੀ ਜਾ ਸਕਦੀ। ਤਾਂ ਜਿਹੜੀ ਧਰਤੀ 'ਤੇ ਜਿੰਨਾ ਵੀ ਤੁਸੀਂ ਇਤਿਹਾਸ ਵੇਖੋ ਅਤੇ ਜਿੰਨੇ ਲੋਕ ਹਾਰੇ ਹੋਏ ਨੇ ਤਾਂ ਸੱਤਾ ਨੇ ਉਹਨਾਂ ਦੀ ਬੋਲੀ ਖਤਮ ਕੀਤੀ ਅਤੇ ਉਹਨਾਂ ਨੇ ਹਰ ਪੱਧਰ ਦੇ ਉੱਤੇ, ਜੇ ਤੁਸੀਂ ਬੋਲੀਆਂ ਦੇ ਇਤਿਹਾਸ ਬਾਰੇ, ਮੈਂ ਬੋਲੀਆਂ ਦੇ ਇਤਿਹਾਸ ਦਾ ਵਿਦਿਆਰਥੀ ਹਾਂ ਉਚੇਚੇ ਰੂਪ ਵਿੱਚ, ਜੇ ਬੋਲੀਆਂ ਦਾ ਇਤਿਹਾਸ ਪੜ੍ਹੋ ਤਾਂ ਉਹ ਮੂਲ ਰੂਪ ਦੇ ਵਿੱਚ ਸੱਤਾ ਨਾਲ ਬਹੁਤ ਜੁੜਿਆ ਹੋਇਆ ਅਤੇ ਪ੍ਰੈਸਟੀਜ ਜਿਹੜੀ ਸੱਤਾ ਦਾ ਰੁਤਬਾ ਹੁੰਦਾ ਨਾ, ਤਾਂ ਆਪਾਂ ਵੇਖਦੇ ਹਾਂ ਕਿ ਲੋਕ ਚੰਗੇ ਭਲੇ ਲੋਕ ਬੰਦਿਆਂ ਨੂੰ ਦੇਖ ਕੇ ਅੰਗਰੇਜ਼ੀ ਬੋਲਣ ਲੱਗ ਜਾਂਦੇ ਨੇ, ਜੇ ਅੰਗਰੇਜ਼ੀ ਨਹੀਂ ਆਉਂਦੀ ਤਾਂ ਹਿੰਦੀ ਬੋਲਣ ਲੱਗ ਜਾਂਦੇ ਨੇ। ਉਹ ਕੀ ਵਜ੍ਹਾ? ਉਹਦੀ ਵਜ੍ਹਾ ਹੀ ਇੱਕ ਇਹ ਹੈ ਕਿ ਬੰਦਿਆਂ ਦੇ ਅੰਦਰ ਸੱਤਾ ਦਾ ਜਿਹੜਾ ਦਾਬਾ ਹੈ ਉਹ ਪਿਆ ਹੋਇਆ। ਤਾਂ ਹੁਣ ਇੱਥੇ ਜਿਹੜੀ ਦੂਜੀ ਮੈਂ ਤੁਹਾਨੂੰ ਗੱਲ ਦੇਣੀ ਆ ਸਿੱਟੇ ਰੂਪ ਵਿੱਚ, ਉਹ ਇਹ ਹੈ ਕਿ ਪਹਿਲਾਂ ਬੋਲੀ ਸਥਾਨਕਤਾ ਦੀ ਚੀਜ਼ ਹੁੰਦੀ ਸੀ, ਉਹ ਉਸ ਧਰਤੀ ਦੀ ਚੀਜ਼ ਹੁੰਦੀ ਸੀ ਜਿਹੜੀ ਧਰਤੀ 'ਤੇ ਬੋਲੀ ਜਾਣ ਵਾਲੀ ਆ, ਉਸ ਤੋਂ ਬਾਅਦ ਉਹ ਸੱਤਾ ਦੀ ਮਲਕੀਅਤ ਬਣ ਗਈ। ਬੋਲੀ ਸਥਾਨਕਤਾ ਤੋਂ ਸੱਤਾ ਦੀ ਮਲਕੀਅਤ ਬਣੀ। ਜੇ ਸਥਾਨਕਤਾ 'ਤੇ ਸੱਤਾ ਬਦਲ ਗਈ ਤਾਂ ਇਹਦਾ ਮਤਲਬ ਬੋਲੀ ਬਦਲਣਾ ਸੱਤਾ ਦਾ ਹੱਕ ਬਣ ਗਿਆ। ਤਾਂ ਜਦੋਂ ਅਸੀਂ ਇਹ ਵੇਖਦੇ ਹਾਂ ਤਾਂ ਇਹ ਗੱਲ ਬਹੁਤ ਪੱਕ ਗਈ। 1346 ਵਿੱਚ ਇੱਕ ਕ੍ਰੇਸੀ ਦੀ ਜੰਗ ਹੋਈ, ਅੰਗਰੇਜ਼ਾਂ ਦਾ ਐਡਵਰਡ ਸੀ ਅਤੇ ਫਰਾਂਸੀਸੀਆਂ ਦਾ ਫਿਲਿਪ ਸੀ। ਐਡਵਰਡ ਨੇ ਫਿਰ ਫਿਲਿਪ ਖਾਤਰ ਉਸ ਵੇਲੇ ਪ੍ਰਚਾਰ ਕੀਤਾ ਕਿ ਜਿਹੜਾ ਫਿਲਿਪ ਹੈ ਇਹ ਤੁਹਾਡੀ ਬੋਲੀ ਅੰਗਰੇਜ਼ੀ ਖਤਮ ਕਰਨੀ ਚਾਹੁੰਦਾ। ਤਾਂ ਉਹਨੇ ਉਹ ਜਿਹੜੇ ਪਰਚੀਆਂ ਸੀ ਉਹ ਲਿਖ ਕੇ ਭੇਜੀਆਂ ਪਾਦਰੀਆਂ ਨੂੰ, ਅਤੇ ਪਾਦਰੀਆਂ ਨੂੰ ਕਿਹਾ ਕਿ ਤੁਸੀਂ ਇਹ ਗਿਰਜਿਆਂ 'ਚ ਪੜ੍ਹ ਕੇ ਸੁਣਾਓ। ਮਤਲਬ 14ਵੀਂ ਸਦੀ ਦੇ ਵਿੱਚ ਰਾਜ ਅਤੇ ਬੋਲੀ ਦਾ ਰਿਸ਼ਤਾ ਇੰਨਾ ਨੇੜੇ ਦਾ ਹੋ ਗਿਆ ਸੀ, ਉਦੋਂ ਤੱਕ ਇਹ ਬਣ ਗਏ ਸੀ। ਉਦੋਂ ਕਿ ਹੀ ਉਦੋਂ 6-7 ਕੁ ਸਾਲ ਪਹਿਲਾਂ ਇੱਕ ਬੋਰਦੋ ਦੀ ਜੰਗ ਹੋਈ ਸੀ ਅਤੇ ਉਹਦੇ 'ਚ ਅੰਗਰੇਜ਼ ਹਾਰ ਗਏ ਸੀ, ਫਰਾਂਸ ਜਿੱਤ ਗਿਆ ਸੀ। ਪਰ ਉਦੋਂ ਫਿਰ ਇੱਦਾਂ ਹੋ ਗਿਆ ਕਿ ਫਰਾਂਸ ਦੀਆਂ ਹੱਦ ਪੱਕ ਗਈ ਅਤੇ ਇੱਧਰੋਂ ਅੰਗਰੇਜ਼ਾਂ ਦੀ ਹੱਦ ਪੱਕ ਗਈ, ਅੰਗਰੇਜ਼ ਅੰਗਰੇਜ਼ ਹੋ ਗਿਆ ਅਤੇ ਫਰਾਂਸੀਸੀ ਹੋ ਗਿਆ। ਤਾਂ ਉਦੋਂ ਫਿਰ ਇਹਨਾਂ ਦਾ ਜਿਹੜਾ ਬੋਲੀਆਂ ਨੂੰ ਪੱਕੇ ਰੂਪ ਵਿੱਚ ਪਕਾਉਣ ਦਾ ਸਿਲਸਿਲਾ ਉਹ ਸ਼ੁਰੂ ਹੋਇਆ। ਤਾਂ ਫਿਰ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਜਿਹੜੀਆਂ ਯੋਰਕਸ਼ਾਇਰ ਦੀਆਂ, ਲੰਕਸ਼ਾਇਰ ਦੀਆਂ ਜਾਂ ਹੋਰ ਜਿਹੜੀਆਂ ਇਹਨਾਂ ਦੀਆਂ ਅੱਡੋ ਅੱਡ ਇਲਾਕਿਆਂ ਦੀਆਂ ਬੋਲੀਆਂ ਸੀ ਉਹ ਇਹਨਾਂ ਨੇ ਖਤਮ ਕਰ ਦਿੱਤੀਆਂ। ਉਹਨਾਂ ਨੂੰ ਇਹ ਪੈਟਿਓਸ ਆਖਦੇ ਸੀ ਜਾਂ ਡਾਇਲੈਕਟ, ਜਿਹੜੀਆਂ ਮਤਲਬ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਨਿੱਕੇ ਜਿਹੇ ਇਲਾਕੇ ਦੀ ਬੋਲੀ ਜਾਂ ਥੋੜ੍ਹੇ ਇਲਾਕੇ ਦੀ ਬੋਲੀ। ਉਹ ਕਹਿੰਦੇ ਵੀ ਇਹ ਸਾਰੀਆਂ ਜਿਹੜੀਆਂ ਬੋਲੜੀਆਂ ਨੇ ਇਹਨਾਂ ਦੇ ਹੱਕ ਅੰਗਰੇਜ਼ੀ ਨੂੰ ਜਿਹੜੀ ਕੇਂਦਰੀ ਭਾਸ਼ਾ ਉਹਨੂੰ ਸਮਰਪਿਤ ਕਰੋ। ਤਾਂ ਉਦੋਂ ਉਹਨਾਂ ਨੇ ਅੰਗਰੇਜ਼ ਵਿੱਚ ਕਰ ਲਿਆ। ਤਾਂ ਜਿਹੜੀ ਇਹ ਪਹਿਲਾਂ ਵੀ ਆਪਣੇ ਸੱਜਣਾ ਨੇ ਬੋਲੀ ਆ ਕਿ ਫਰਾਂਸ ਦੇ ਵਿੱਚ ਜਿਹੜੀ ਫਰਾਂਸੀਸੀ ਆ ਇਹ ਪੈਰਿਸ ਦੇ 10-12 ਕਿਲੋਮੀਟਰ ਦੇ ਇਲਾਕੇ 'ਚ ਬੋਲੀ ਜਾਣ ਵਾਲੀ ਬੋਲੀ, ਪਰ ਜਦੋਂ ਫਰਾਂਸ ਦੇ ਵਿੱਚ ਪੈਰਿਸ ਸੱਤਾ 'ਤੇ ਕਾਬਜ ਹੋ ਗਿਆ ਤਾਂ ਉਹ ਫਰਾਂਸੀਸੀ ਬਣ ਗਈ, ਬਾਕੀ ਬੋਲੀਆਂ ਨੇ ਜਿਹੜੀਆਂ ਖਤਮ ਹੋ ਗਈਆਂ। ਤਾਂ ਇਹ 14ਵੀਂ 15ਵੀਂ ਸਦੀ ਦੇ ਵਿੱਚ ਇੱਦਾਂ ਇਹ ਕਿਵੇਂ ਜਿਹੜੀਆਂ ਬੋਲੀਆਂ ਦਾ ਸਥਾਪਿਤ ਹੋ ਗਿਆ, ਮਤਲਬ ਜਿਹੜੀ ਉਹਨਾਂ ਦੀ ਬੋਲੀ ਬਾਰੇ ਦ੍ਰਿਸ਼ਟੀ ਬਣੀ ਕਿ ਬੋਲੀ ਸਥਾਨਕਤਾ ਦੀ ਥਾਂ 'ਤੇ ਸੱਤਾ ਦੀ ਚੀਜ਼ ਹੈ। ਤਾਂ ਇਹਦੇ ਨਾਲ ਸਭ ਤੋਂ ਪਹਿਲਾਂ ਉਹਨਾਂ ਨੇ ਆਪਦੇ ਅੰਦਰਲੀਆਂ ਜਿਹੜੀਆਂ ਆਜ਼ਾਦ ਹਸਤੀਆਂ ਸੀ ਉਹਨਾਂ ਨੂੰ ਪੱਧਰੇ ਕੀਤਾ, ਉਹਨਾਂ ਨੂੰ ਪੱਧਰੇ ਕਰਕੇ ਇੱਕ ਲੀਹ 'ਤੇ ਲੈ ਕੇ ਆਉਂਦਾ, ਉਹਨਾਂ ਦੀਆਂ ਅਗਲੀਆਂ ਨਸਲਾਂ ਆਪਣੀਆਂ ਬਣਾ ਲਈਆਂ, ਵਿੱਦਿਆ ਰਾਹੀਂ, ਪ੍ਰਸ਼ਾਸਨ ਰਾਹੀਂ, ਨੌਕਰੀਆਂ ਦੇ ਕੇ, ਸਿਆਣੇ ਬਣਾ ਕੇ ਉਹ ਕਰ ਲਈਆਂ। ਤਾਂ ਫਿਰ ਕੇਂਦਰੀ ਬੋਲੀਆਂ ਸੀ ਜਿਹੜੀਆਂ ਉਹ ਬਾਕੀ ਬੋਲੀਆਂ ਨੂੰ ਖਾ ਗਈਆਂ ਅਤੇ ਹਥਿਆਰ ਰਾਹੀਂ ਜਿੱਤ ਕੇ ਇਹ ਕੰਮ ਸ਼ੁਰੂ ਹੋਇਆ। ਤਾਂ ਇੱਥੇ ਤੱਕ ਮੈਂ ਜਿਹੜੀ ਗੱਲ ਸਮਝੀ ਕਿ ਬੋਲੀ ਅਤੇ ਹਥਿਆਰ ਜਿਵੇਂ ਨਾਲ ਨਾਲ ਚੱਲੇ, ਜਿਹਦਾ ਹਥਿਆਰ ਜਿੱਤ ਗਿਆ, ਜਿਹਦੀ ਡਾਂਗ ਜਿੱਤ ਗਈ, ਉਹਦੀ ਜ਼ੁਬਾਨ ਜਿੱਤ ਗਈ।
ਠੀਕ ਹੈ। ਤਾਂ ਇੱਦਾਂ ਹੀ ਇਹ ਕੰਮ ਚੱਲਿਆ। ਦੂਜਾ ਨੁਕਤਾ ਮੈਂ ਤੁਹਾਡੇ ਨਾਲ ਸਾਫ਼ ਕਰ ਲਿਆ। ਤੀਜਾ ਇਹ ਕਿ ਜਿਹੜੀ ਬੋਲੀ ਸੀ, ਬੋਲੀ ਦਾ ਰੁਤਬਾ ਕੀ ਸੀ ਪਹਿਲਾਂ? ਸਾਡੇ ਜਦੋਂ ਅਸੀਂ ਇੱਥੇ ਵੇਖਦੇ ਹਾਂ ਕਿ ਬੋਲੀ ਨੂੰ ਰੱਬੀ ਬਖਸ਼ਿਸ਼ ਮੰਨਿਆ ਜਾਂਦਾ ਸੀ, ਹਿੰਦੂਆਂ 'ਚ ਵੀ ਇੱਦਾਂ ਹੀ ਆ ਕਿ ਬੋਲੀ ਰੱਬੀ ਬਖਸ਼ਿਸ਼ ਆ, ਵੇਦ ਦੀ ਬੋਲੀ ਜਿਹੜੀ ਉੱਪਰੋਂ ਆਈ ਆ, ਇਲਾਹੀ ਆ। ਅਤੇ ਅਰਬ ਦੇ ਵਿੱਚ ਵੀ ਉਹਨਾਂ ਨੂੰ ਇੱਦਾਂ ਹੀ ਜਾਪਦਾ ਸੀ। ਇੱਕ ਤਾਂ ਇਹ ਸਿਧਾਂਤ ਸੀ, ਅਤੇ ਦੂਸਰਾ ਬੋਲੀ ਬਾਰੇ ਇਹ ਸੀ ਕਿ ਬੋਲੀ ਕੁਦਰਤੀ ਹੈ, ਹੈ ਨਾ। ਅਤੇ ਜਦੋਂ ਇਹ ਨਵਾਂ ਚਿੰਤਨ ਸ਼ੁਰੂ ਹੋਇਆ, ਨਵੇਂ ਚਿੰਤਨ ਬਾਰੇ ਮੈਂ ਤੁਹਾਨੂੰ ਫਿਰ ਮੋੜ ਕੇ ਇੱਕ ਇਹ ਗੱਲ ਆਖਦਾ ਕਿ ਨਵੇਂ ਚਿੰਤਨ ਨੇ ਪਲੈਟੋ ਨੂੰ ਨਹੀਂ ਵੇਖਿਆ, ਨਵੇਂ ਚਿੰਤਨ ਨੇ ਸੁਕਰਾਤ ਨੂੰ ਬਹੁਤ ਘੱਟ ਵੇਖਿਆ, ਨਵੇਂ ਚਿੰਤਨ ਨੇ ਸਭ ਤੋਂ ਵੱਧ ਜ਼ੋਰ ਲਾਇਆ ਅਰਿਸਟੋਟਲ 'ਤੇ, ਅਰਸਤੂ 'ਤੇ। ਨਵੇਂ ਚਿੰਤਨ ਮੁਤਾਬਕ ਅਰਸਤੂ ਬਹੁਤ ਬਹੁਤ ਠੀਕ ਬੰਦਾ ਸੀ। ਅਰਸਤੂ ਨੇ ਇੱਕ ਤਾਂ ਜਦੋਂ ਇਹ ਕਹਿ ਦਿੱਤਾ ਸੀ ਕਿ ਬੰਦਾ ਇੱਕ ਸਮਾਜਿਕ ਚੀਜ਼ ਹੈ, ਉਸਨੂੰ ਇੱਕ ਆਰਡਰ ਵਿੱਚ ਰਹਿਣਾ ਪਊਗਾ, ਇੱਕ ਨੇਮ ਵਿੱਚ ਰਹਿਣਾ ਪਊਗਾ ਸਰਵਾਈਵਲ ਲਈ। ਅਤੇ ਉਹ ਗੱਲ ਜਦੋਂ ਫਿਰ ਬਾਅਦ ਵਿੱਚ ਡਾਰਵਿਨ ਦਾ ਸਿਧਾਂਤ ਆਇਆ, ਸਰਵਾਈਵਲ ਆਫ ਦਾ ਫਿਟੈਸਟ, ਤਾਂ ਡਾਰਵਨਵਾਦ ਇਹਦੇ ਨਾਲ ਰਲ ਕੇ ਤਾਂ ਇਹ ਹੋ ਗਿਆ ਕਿ ਜਿਹੜੇ ਤਾਕਤ ਹੈ, ਜਿਹੜੀ ਸੱਤਾ ਹੈ, ਉਹਨੇ ਜਿਹੜੇ ਨੇਮ ਸਥਾਪਿਤ ਕੀਤੇ ਨੇ ਉਹੀ ਚੱਲਣਗੇ, ਹੈ ਨਾ। ਤਾਂ ਹਾਲਾਂਕਿ ਜਿਹੜੀ ਪਲੈਟੋ ਗੱਲ ਕਰਦਾ ਉਹ ਕਹਿੰਦਾ ਕਿ ਬੋਲੀ ਸੱਚ ਬੋਲਣ ਖਾਤਰ ਹੈ। ਇਹਤੋਂ ਬਾਅਦ ਕਾਰਲਾਈਲ ਵੀ ਇਹ ਗੱਲ ਆਖਦਾ, ਕਾਰਲਾਈਲ ਆਖਦਾ ਕਿ ਜੇ ਬੰਦੇ ਕੋਲ ਇਸ ਬੋਲਣ ਲਈ ਸੱਚ ਨਹੀਂ ਹੈ ਤਾਂ ਉਹ ਚੁੱਪ ਰਹੇ। ਪਰ ਹੁਣ ਅਸੀਂ ਵੇਖਦੇ ਹਾਂ ਕਿ ਹੁਣ ਝੂਠ ਕਿੰਨਾ ਸੋਹਣਾ ਚੱਲਦਾ ਨਾ, ਸੋਸ਼ਲ ਮੀਡੀਆ ਸਾਰਾ ਝੂਠ 'ਤੇ ਹੀ ਚੱਲਦਾ, ਹੋਰ ਇਹਨੂੰ ਕੌਣ ਚਲਾਉਂਦਾ, ਹੈ ਨਾ। ਜੇ ਝੂਠ ਕੱਢ ਦਿਉ ਉਹਦੇ ਵਿੱਚੋਂ ਤਾਂ ਸੋਸ਼ਲ ਮੀਡੀਆ ਦਾ ਕੰਮ ਅੱਜ ਠੱਪ ਹੋ ਜਾਣਾ। ਅਸਲ ਵਿੱਚ ਇਹ ਗੱਲ ਅਰਸਤੂ ਦੇ ਸਿਧਾਂਤ 'ਤੇ ਖੜੀ ਆ। ਉਹਨੇ ਬੋਲੀ ਦਾ ਰੁਤਬਾ ਬਦਲ ਕੇ ਕੀ ਕਰਿਆ ਕਿ ਬੋਲੀ ਸਮਾਜਿਕ ਹੈ, ਅਤੇ ਸਮਾਜ ਵਿੱਚ ਝੂਠ ਚੱਲਦਾ, ਸਮਾਜ ਵਿੱਚ ਝੂਠ ਚੱਲਦਾ। ਤਾਂ ਜੇ ਬੋਲੀ ਸਮਾਜਿਕ ਸ਼ੈ ਆ, ਤਾਂ ਅਰਸਤੂ ਬਲਕਿ ਉਸ ਤੋਂ ਵੀ ਹੇਠਾਂ ਲੈ ਗਿਆ। ਉਹਨੇ ਕਲਾ ਦਾ ਇੱਕ ਸਿਧਾਂਤ ਦਿੱਤਾ ਸੀ ਦੁਖਾਂਤ ਦਾ। ਉਹ ਕਹਿੰਦਾ ਵੀ ਜਦੋਂ ਤੁਸੀਂ ਕੋਈ ਫਿਲਮ, ਨਾਟਕ ਜਾਂ ਕੁਛ ਵੇਖਦੇ ਹੋ ਜਾਂ ਕੋਈ ਸਾਹਿਤ ਪੜ੍ਹਦੇ ਹੋ, ਉਹਦੇ ਵਿੱਚ ਜੇ ਅਖੀਰ 'ਤੇ ਜਾ ਕੇ ਉਹਦਾ ਨਾਇਕ ਮਰ ਜਾਂਦਾ ਅਤੇ ਦੁੱਖ ਹੁੰਦਾ ਅਤੇ ਦੁਖਾਂਤ ਹੁੰਦਾ, ਤਾਂ ਉਹ ਕਹਿੰਦਾ ਦੁਖਾਂਤ ਨਾਲ ਬੰਦੇ ਦਾ ਅੰਦਰ ਧੋਤਾ ਜਾਂਦਾ। ਉਹ ਇਹ ਕਹਿੰਦਾ ਸੀ, ਉਹਦਾ ਕੈਥਾਰਸਿਸ ਨਾਂ ਦਾ ਸਿਧਾਂਤ ਹੈ। ਤਾਂ ਪਲੈਟੋ ਇਸ ਗੱਲ ਨੂੰ ਬਿਲਕੁਲ ਇਦੋਂ ਉਲਟ ਕਹਿ ਰਿਹਾ। ਉਹ ਕਹਿੰਦਾ ਜਿਹੜੀ ਗੱਲ ਨੂੰ ਤੁਸੀਂ ਜ਼ਿੰਦਗੀ ਵਿੱਚ ਚੰਗਾ ਨਹੀਂ ਮੰਨਦੇ, ਤਾਂ ਤੁਸੀਂ ਉਸ ਨੂੰ ਕਲਾ 'ਚ ਉੱਤਮ ਕਿਵੇਂ ਮੰਨ ਸਕਦੇ ਹੋ? ਇਹ ਗੱਲ ਕਹਿੰਦਾ ਗਲਤ ਹੈ ਤੁਹਾਡੀ। ਪਰ ਅਰਸਤੂ ਫਿਰ ਪਲੈਟੋ ਤੋਂ ਬਾਅਦ ਸਥਾਪਿਤ ਹੋਇਆ, ਤਾਂ ਅਰਸਤੂ ਨੇ ਬੋਲੀ ਨੂੰ ਕਲਾ ਤੱਕ ਲੈ ਆਉਂਦਾ। ਠੀਕ ਆ, ਐਸੀ ਗੱਲ ਨਹੀਂ ਸੀ ਕਿ ਮਤਲਬ ਬੋਲੀ ਦੇ ਵਿੱਚ ਕਲਾ ਨਹੀਂ ਸੀ ਹੋ ਸਕਦੀ, ਪਰ ਬੋਲੀ ਨੂੰ ਉਹ ਰੱਬੀ ਸ਼ੈ, ਕੁਦਰਤੀ ਸ਼ੈ, ਅਤੇ ਫਿਰ ਉਹ ਤੋਂ ਘਟਾ ਕੇ ਸਮਾਜਿਕ ਸ਼ੈ, ਅਤੇ ਸਮਾਜਿਕ ਤੋਂ ਫਿਰ ਕਲਾ ਤੱਕ। ਕਲਾ ਦੇ ਵਿੱਚ ਝੂਠ ਬੋਲਣਾ ਆਮ ਪ੍ਰਵਾਨਗੀ ਹੈ। ਜਿਹੜਾ ਸਾਹਿਤ ਹੈ, ਸਾਹਿਤ ਦੇ ਵਿੱਚ ਜੋ ਕਹਾਣੀਆਂ ਨੇ, ਅਤੇ ਇਹ ਤਾਂ ਮਤਲਬ ਸਾਹਿਤ ਦਾ ਇੱਕ ਤੱਤ ਹੈ ਕਲਪਨਾ। ਠੀਕ ਹੈ, ਅਤੇ ਕਲਪਨਾ ਕਲਪਨਾ ਨੂੰ ਜੇ ਤਾਂ ਤੁਸੀਂ ਪਲੈਟੋ ਦੇ ਮੁਤਾਬਕ ਵੇਖਦੇ ਹੋ, ਉਹਦਾ ਮਤਲਬ ਤਾਂ ਇਹ ਹੈ ਕਿ ਜਿਹੜਾ ਤੁਸੀਂ ਸੱਚ ਹੈ, ਤੁਸੀਂ ਸੱਚ ਦੀ ਕਲਪਨਾ ਕਰੋ, ਅਤੇ ਜੇ ਫਿਰ ਜਾਂ ਤੁਸੀਂ ਜਿਹੜਾ ਅਰਿਸਟੋਟਲ ਹੈ ਉਹਦੀ ਧਾਰ ਆ ਜਾਂਦੀ ਹੈ ਝੂਠ ਦੀ ਕਲਪਨਾ ਵੱਲ। ਤਾਂ ਇਸ ਲਈ ਜਿਹੜੀ ਬੋਲੀ ਹੈ, ਬੋਲੀ ਇੰਨੇ ਉੱਪਰਲੀ ਥਾਂ ਤੋਂ ਹੇਠਲੇ ਪਾਸੇ ਨੂੰ ਆ ਗਈ, ਤਾਂ ਇੱਥੇ ਚੱਕਰ ਇਹ ਬਣ ਗਿਆ ਕਿ ਫਿਰ ਇੱਕ ਪਾਸੇ ਤਾਂ ਅਰਸਤੂ ਨੇ ਬੋਲੀ ਦਾ ਹੱਕ ਸੱਤਾ ਨੂੰ ਦੇ ਦਿੱਤਾ,
ਵਿੱਦਿਆ ਦਾ ਹੱਕ ਸੱਤਾ ਨੂੰ ਦੇ ਦਿੱਤਾ ਅਤੇ ਬੋਲੀ ਦਾ ਰੁਤਬਾ ਕਲਾ ਤੱਕ ਲੈ ਆਉਂਦਾ ਅਤੇ ਫਿਰ ਕਲਾ ਦਾ ਹੱਕ ਤਾਂ ਤੁਹਾਨੂੰ ਪਤਾ ਵੀ ਸਿੱਧੇ ਰੂਪ ਵਿੱਚ ਰਾਜਿਆਂ ਕੋਲ ਆ। ਹੁਣ ਤੁਸੀਂ ਜਾਣਦੇ ਹੋ ਕਿ ਭਾਰਤੀ ਸਾਹਿਤ ਅਕਾਦਮੀ ਅਵਾਰਡ, ਨੋਬਲ ਪੁਰਸਕਾਰ ਜਾਂ ਪੁਰਾਣੇ ਜ਼ਮਾਨੇ ਵਿੱਚ ਵੀ ਜਿਹੜੇ ਇਨਾਮ ਦਿੱਤੇ ਜਾਂਦੇ ਸੀ ਉਹ ਸਾਰੇ ਦੇ ਸਾਰੇ ਇੱਦਾਂ ਸੀ। ਤਾਂ ਇਸ ਲਈ ਜਿਹੜੀ ਬੋਲੀ ਹੈ, ਬੋਲੀ ਰੂਹਾਨੀ ਦਾਰਸ਼ਨਿਕ ਰੁਤਬੇ ਤੋਂ ਖਿਸਕ ਕੇ ਸਮਾਜ ਕਲਾ ਤੱਕ ਚਲੀ ਗਈ ਜਿਹੜੇ ਸੱਤਾ ਦੇ ਅਧੀਨ ਹੁੰਦੇ ਨੇ। ਰੂਹਾਨੀਅਤ ਅਤੇ ਦਾਰਸ਼ਨਿਕਤਾ ਸੱਤਾ ਦੇ ਅਧੀਨ ਨਹੀਂ ਹੁੰਦੇ, ਹੈ ਨਾ, ਅਤੇ ਬਹੁਤੀ ਵਾਰੀ ਸੱਤਾ ਦਾਰਸ਼ਨਿਕਤਾ ਖਾਤਰ ਜ਼ੋਰ ਲਾਉਂਦੀ ਹੈ ਪਰ ਤਾਂ ਵੀ ਉਹ ਉਹਦੇ ਅਧੀਨ ਨਹੀਂ ਆਉਂਦੀ। ਰੂਹਾਨੀਅਤ ਤਾਂ ਬਿਲਕੁਲ ਹੀ ਮਤਲਬ ਪਰੇ ਦੀ ਚੀਜ਼ ਆ। ਰੂਹਾਨੀਅਤ ਅਤੇ ਦਾਰਸ਼ਨਿਕਤਾ ਤੋਂ ਖਿਸਕ ਕੇ ਬੋਲੀ ਹੇਠਲੇ ਦਰਜੇ ਤੱਕ ਸੱਤਾ ਅਤੇ ਕਲਾ ਤੱਕ ਆ ਗਈ ਅਤੇ ਜਦੋਂ ਉਹ ਜਿਹੜੇ ਕਿਸੇ ਧਰਤੀ 'ਤੇ ਜਿਹੜੇ ਕਿਸੇ ਸਮਾਜ ਦੇ ਵਿੱਚ ਗਿਆਨ ਦੀ ਬੋਲੀ ਕੋਈ ਹੋਰ ਹੋਵੇ ਅਤੇ ਕਲਾ ਦੀ ਬੋਲੀ ਉਹਨਾਂ ਦੀ ਆਪਣੀ ਹੋਵੇ, ਉਹ ਉਹਨਾਂ ਦਾ ਸਭ ਤੋਂ ਔਖਾ ਸਮਾਂ ਹੁੰਦਾ ਜਿਹਨੂੰ ਆਪਾਂ ਕਰੂਸ਼ੀਅਲ ਟਾਈਮ ਕਹਿ ਸਕਦੇ ਹਾਂ। ਉਦੋਂ ਬਾਅਦ ਉਹ ਖਤਮ ਹੋ ਜਾਂਦੇ ਹੁੰਦੇ ਨੇ ਅਤੇ ਹੁਣ ਸਾਡੇ ਨਾਲ ਲਗਭਗ ਇੱਦਾਂ ਹੀ ਵਾਪਰਿਆ ਹੋਇਆ ਕਿ ਸਾਡੇ ਗੀਤ ਤਾਂ ਗਾਏ ਜਾਂਦੇ ਨੇ ਪੰਜਾਬੀ 'ਚ ਅਤੇ ਜਿਹੜੀ ਗਿਆਨ ਦੀ ਬੋਲੀ ਆ ਉਹ ਸਾਡੇ ਲੋਕ ਕੋਈ ਹੋਰ ਸਮਝਦੇ ਨੇ। ਤਾਂ ਅਸੀਂ ਲਗਭਗ ਉਸ ਸਥਿਤੀ ਦੇ ਵਿੱਚ ਪਹੁੰਚੇ ਹੋਇਆਂ ਅਤੇ ਸਾਡੇ ਬੰਦੇ ਬੋਲੀ ਨੂੰ ਸੱਤਾ ਦੀ ਸ਼ੈ ਸਮਝਣ ਲੱਗ ਗਏ ਅਤੇ ਜਿਹੜੀ ਸਾਡੇ ਵਿੱਚ ਇੱਕ ਹੋਰ ਦਿੱਕਤ ਆਈ ਕਿ ਸਾਡੇ ਬੰਦੇ ਰਾਜਸੀ ਸ਼ੈ ਮੰਨਣ ਕਰਕੇ ਬੋਲੀ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਇਹ ਹਿਸਾਬ ਮੰਗੀ ਜਾਂਦੇ ਨੇ ਕਿ ਉਹਨੇ ਪੰਜਾਬੀ ਕਿਉਂ ਨਹੀਂ ਲਾਗੂ ਕੀਤੀ। ਉਹਦੇ ਬਾਰੇ ਬੜੀ ਸਾਫ਼ ਗੱਲ ਇਹ ਹੈ ਕਿ ਉਹਦੇ ਚਿੱਤ ਵਿੱਚ ਜਿਹੜੀ ਬੋਲੀ ਦੀ ਦ੍ਰਿਸ਼ਟੀ ਹੈ ਕੋਈ ਹੋਰ ਸੀ। ਉਹਦੇ ਚਿੱਤ ਵਿੱਚ ਬੋਲੀ ਸੱਤਾ ਦੀ ਸਹਿ ਹੈ ਹੀ ਨਹੀਂ ਸੀ। ਉਹਦੇ ਚਿੱਤ ਵਿੱਚ ਸੀ ਬੋਲੀ ਧਰਮ ਦੀ ਸ਼ੈ ਹੈ, ਬੋਲੀ ਸਥਾਨਕਤਾ ਦੀ ਸ਼ੈ ਹੈ ਅਤੇ ਜਦੋਂ ਬੋਲੀ ਧਰਤੀ ਦੀ ਸ਼ੈ ਹੈ ਤਾਂ ਉਹਨੇ ਛੇੜਿਆ ਨਹੀਂ ਅਤੇ ਜਿਹੜਾ ਕੋਈ ਪੋਠੋਹਾਰੀ ਬੋਲਦਾ, ਜਿਹੜਾ ਕੋਈ ਮਾਝੀ ਬੋਲਦਾ, ਜਿਹੜਾ ਕੋਈ ਦੁਆਬੀ ਬੋਲਦਾ, ਜਿਹੜਾ ਕੋਈ ਜਿਹੋ ਜਿਹੀ ਵੀ ਬੋਲਦਾ ਉਹਨੇ ਬਿਲਕੁਲ ਨਹੀਂ ਛੇੜਿਆ। ਅਤੇ ਉਹਨੇ ਜਿਹੜੀਆਂ ਫਾਰਸੀ ਵਾਲਿਆਂ ਦੀਆਂ ਸੀ, ਜਿਹੜੀਆਂ ਗੁਰਮੁਖੀ ਸੰਸਥਾਵਾਂ ਸੀ, ਜਿਹੜੀਆਂ ਅਰਬੀ ਸੀ ਅਤੇ ਜਿਹੜੀਆਂ ਸੰਸਕ੍ਰਿਤ ਸੀ, ਸਾਰੀਆਂ ਸੰਸਥਾਵਾਂ ਨੂੰ ਬਰਾਬਰੇ ਗ੍ਰਾਂਟਾਂ ਦਿੱਤੀਆਂ ਹੋਈਆਂ ਸੀ, ਜਗੀਰਾਂ ਸੀ ਉਦੋਂ, ਠੀਕ ਆ। ਕਿਸੇ ਨੂੰ ਦੋ ਖੂਹ ਦੇ ਤੇ, ਕਿਸੇ ਨੂੰ ਇੱਕ ਖੂਹ ਦੇ ਤਾ, ਕਿਸੇ ਨੂੰ ਅੱਧਾ ਖੂਹ ਦਿੱਤਾ ਹੋਇਆ ਅਤੇ ਬੰਦਿਆਂ ਨੂੰ ਦਿੱਤੀਆਂ ਹੋਈਆਂ ਸੀ। ਤਾਂ ਇਸ ਲਈ ਜੋ ਇਹ ਸਾਡੇ ਚਿੰਤਨ ਦੀ, ਸਾਡੇ 'ਤੇ ਬੋਲੀ ਦੁਆਰਾ ਪਏ ਹੋਏ ਅਸਰਾਂ ਦੀ ਇੱਕ ਮਿਸਾਲ ਹੈ ਕਿ ਅਸੀਂ ਸਾਡੇ ਇਤਿਹਾਸ ਵਿੱਚ ਹੋਏ ਇੱਕ ਰਾਜੇ ਨਾਲ ਜਿਹਦੇ ਤੋਂ ਤੁਰਤ ਬਾਅਦ ਸਾਰਾ ਇਹ ਭਾਣਾ ਵਾਪਰਿਆ ਜਿਹਦੇ ਬਾਰੇ ਆਪਾਂ ਇਹ ਚਰਚਾ ਕਰ ਰਹੇ ਹਾਂ, ਉਹਦੇ 'ਤੇ ਜਿਹੜਾ ਸਾਡਾ ਸਵਾਲ ਹੈ ਉਹ ਸਵਾਲ ਬਣਿਆ ਕਿਵੇਂ, ਉਹ ਸਵਾਲ। ਅੱਛਾ, ਫਿਰ ਜਿਹੜੀ ਅੰਗਰੇਜ਼ਾਂ ਦੀ ਇਹ ਪਹੁੰਚ ਬਣੀ ਬੋਲੀ ਬਾਰੇ, ਇਹਦੇ ਵਿੱਚ ਈਸਾਈਅਤ ਦੀ ਬੋਲੀ ਬਾਰੇ ਪਹੁੰਚ ਦਾ ਵੀ ਇੱਕ ਹਿੱਸਾ। ਅਤੇ ਈਸਾਈਅਤ ਦੇ ਬਾਰੇ ਜੇ ਆਪਾਂ ਵੇਖਦੇ ਹਾਂ ਕਿ ਇਹਦੇ ਖਾਤਰ ਤੁਸੀਂ ਹਰਦੇਵ ਸਿੰਘ ਦੀ ਕਿਤਾਬ ਹੈ ਮਸੀਹੀ ਥਿਓਲੋਜੀ, ਉਹ ਵੇਖ ਸਕਦੇ ਹੋ। ਹਜ਼ਰਤ ਈਸਾ ਦੀ ਬੋਲੀ ਸੀ ਅਰਮਾਇਕ ਅਤੇ ਉਸ ਤੋਂ ਬਾਅਦ ਕੌਂਸਟੈਂਟੀਨੋਪਲ ਆ ਜਿਹੜੀ, ਉਹਨਾਂ ਨੇ ਗ੍ਰੀਕ ਦੇ ਵਿੱਚ, ਕੋਇਨੀ ਗ੍ਰੀਕ ਸੀ ਜਿਹੜੀ, ਉਹਦੇ ਵਿੱਚ ਉਹਨਾਂ ਨੇ ਬਾਈਬਲ ਲਿਖ ਲਈ ਅਤੇ ਰੋਮ ਵਾਲਿਆਂ ਨੇ ਲੈਟਿਨ ਵਿੱਚ ਲਿਖ ਲਈ ਅਤੇ ਲੈਟਿਨ ਦੇ ਵਿੱਚ ਪਹਿਲਾਂ ਹੀ ਮਤਲਬ ਅਰਮਾਇਕ ਤੋਂ ਦੋ ਬੋਲੀਆਂ ਬਦਲ ਗਈਆਂ ਉਹਨਾਂ ਦੀਆਂ। ਫਿਰ ਉਦੋਂ ਬਾਅਦ ਲੂਥਰ ਨੇ ਜਰਮਨ 'ਚ ਕਰ ਲਈ ਅਤੇ ਕਿੰਗ ਹੈਨਰੀ ਸੀ ਜਿਹੜਾ 8ਵਾਂ ਜਿਹਨੇ ਮਤਲਬ ਚਰਚ ਤੋਂ ਆਜ਼ਾਦ ਹੋ ਕੇ ਆਪਣਾ ਘਰ ਪਰਿਵਾਰ ਵਸਾਇਆ, ਤਾਂ ਉਹਨੇ ਫਿਰ ਹੋਰ ਬੋਲੀਆਂ ਵਿੱਚ ਖਾਸ ਕਰ ਅੰਗਰੇਜ਼ੀ ਵਿੱਚ ਅਨੁਵਾਦ ਕਰਾ ਦਿੱਤਾ, ਉਦੋਂ ਬਾਅਦ ਇਹ ਸ਼ੁਰੂ ਹੋ ਗਿਆ। ਤਾਂ ਇਸ ਲਈ ਉਹਨਾਂ ਦੇ ਵਿੱਚ ਇੱਦਾਂ ਸੇਕਰਡ ਬੋਲੀ ਦਾ, ਪਵਿੱਤਰ ਬੋਲੀ ਦਾ, ਅੱਖਰ ਪਵਿੱਤਰ ਹੋਣ ਦੀ ਕੋਈ ਧਾਰਨਾ ਨਹੀਂ ਉੱਦਾਂ ਸਥਾਪਿਤ ਹੋਈ। ਹਾਲਾਂਕਿ ਕੁਛ ਦੇਰ
ਉਹਨਾਂ ਨੇ ਰੋਮ ਵਾਲਿਆਂ ਨੇ ਲੈਟਿਨ ਨੂੰ ਇੱਦਾਂ ਰੱਖਿਆ, ਲੈਟਿਨ ਖਾਤਰ ਭਾਸ਼ਾਈ ਆਰਟ। ਤਾਂ ਸਾਡੇ ਇੱਥੇ ਇਹ ਗੱਲ ਹੈ ਸੀ ਕਿ ਪ੍ਰਚਾਰ ਹੋਰ ਬੋਲੀ ਵਿੱਚ ਹੋ ਸਕਦਾ, ਜਿਵੇਂ ਸਾਡੇ ਬੰਦਿਆਂ ਨੇ ਬ੍ਰਜ ਮੁਹਾਵਰੇ ਦੇ ਵਿੱਚ ਪ੍ਰਚਾਰ ਕੀਤਾ। ਤਾਂ ਪਰ ਮਸੀਹੀਅਤ ਵਿੱਚ ਸਿੱਧੀ ਬੋਲੀ ਦੀ ਮਤਲਬ ਜਿਹੜਾ ਧਰਮ ਗ੍ਰੰਥ ਆ ਉਸੇ ਨੂੰ ਬੋਲੀ ਤੋਂ ਕਿਸੇ ਹੋਰ ਬੋਲੀ ਵਿੱਚ ਲਿਖਣ ਦੀ ਖੁੱਲ੍ਹ ਸੀ। ਅਤੇ ਇਹਦੇ ਨਾਲ ਫਿਰ ਇੱਕ ਵਪਾਰ ਰਲ ਗਿਆ, ਇੱਕ ਈਸਾਈਅਤ ਦਾ ਪ੍ਰਚਾਰ ਰਲ ਗਿਆ। ਇਹ ਦੋਵੇਂ ਚੀਜ਼ਾਂ ਜਦੋਂ ਆਪਸ ਵਿੱਚ ਰਲੀਆਂ ਤਾਂ ਇਹਨਾਂ ਨੇ ਜਿਹੜੀਆਂ ਗੈਰ ਬੋਲੀਆਂ ਸੀ ਉਹਨਾਂ ਪ੍ਰਤੀ ਸਖ਼ਤ ਰੁੱਖ ਅਪਣਾਇਆ। ਉਹ ਆਪਣੇ ਪ੍ਰਤੀ ਸਭ ਤੋਂ ਵੱਧ, ਹਿੰਦੂਆਂ ਅਤੇ ਮੁਸਲਮਾਨਾਂ ਪ੍ਰਤੀ ਵੀ। ਇੱਥੇ ਹਿੰਦੂਆਂ ਅਤੇ ਮੁਸਲਮਾਨਾਂ ਨਾਲ ਉਹ ਸਾਡੇ ਨਾਲੋਂ ਰਾਜ ਵਿੱਚ ਜਿੱਤ ਗਏ, ਪਰ ਸਾਡੇ ਨਾਲੋਂ ਉਹ ਬੋਲੀ ਵਿੱਚ ਹਾਰ ਗਏ। ਮੁਸਲਮਾਨਾਂ ਕੋਲੋਂ ਉਹਨਾਂ ਨੇ ਉਹਨਾਂ ਦੀ ਅਰਬੀ ਵੀ ਖੋਹੀ ਅਤੇ ਉਹਨਾਂ ਦੀ ਕਲਾਸੀਕਲ ਬੋਲੀ ਇਰਾਨੀ ਵੀ ਖੋਹੀ, ਫਾਰਸੀ ਵੀ ਖੋਹੀ। ਹਿੰਦੂਆਂ ਕੋਲੋਂ ਸੰਸਕ੍ਰਿਤ ਖੋਹੀ, ਚਾਹੇ ਉਹ ਹੋਣਾਪਦੀ ਕਰ ਰਹੇ ਨੇ, ਉਹਨਾਂ ਨੂੰ ਹਿੰਦੀ ਦਾ ਦੇ ਦਿੱਤਾ ਖਡਾਉਣਾ ਅਤੇ ਉਹਨਾਂ ਨੂੰ ਉਰਦੂ ਦਾ ਦੇ ਦਿੱਤਾ, ਜਦਕਿ ਉਹ ਦੋਵੇਂ ਉਹਨਾਂ ਦੀਆਂ ਆਪਣੀਆਂ ਬੋਲੀਆਂ ਨਹੀਂ ਸੀ। ਸਾਡੇ ਬੰਦਿਆਂ ਨੇ ਦੁੱਖ ਬਹੁਤ ਭੋਗਿਆ, ਸਾਡੇ ਬੰਦਿਆਂ ਨੇ ਸੰਘਰਸ਼ ਬਹੁਤ ਕੀਤਾ, ਪਰ ਸਾਡੇ ਬੰਦੇ ਆਪਣੀ ਬੋਲੀ, ਆਪਣੀ ਲਿਪੀ ਉਹ ਸਾਰੇ ਰੱਖ ਗਏ। ਹੁਣ ਜਿੰਨੇ ਵੀ ਸਿੱਖ ਨੇ ਧਰਤੀ 'ਤੇ ਉਹ ਸਾਰੇ ਜਪਜੀ ਸਾਹਿਬ ਤਾਂ ਪੰਜਾਬੀ 'ਚ ਪੜ੍ਹੇ ਲੈਂਦੇ ਨੇ। ਅਤੇ ਇਸ ਲਈ ਇਹ ਸਾਡੀ ਇੱਕ ਵੱਡੀ ਪ੍ਰਾਪਤੀ ਉਸ ਮਾਮਲੇ ਦੇ ਵਿੱਚ ਰਹਿ ਗਈ। ਤਾਂ ਜਦੋਂ ਅਸੀਂ ਇਹ ਵੇਖਦੇ ਹਾਂ ਕਿ ਇਸ ਖਾਤਰ ਸਾਡੇ ਬੰਦਿਆਂ ਦੀ ਜੱਦੋ ਜਹਿਦ, ਜਿਹੜੀ ਖਾਸ ਕਰ ਹੁਣ ਮੈਂ ਅੱਜ ਦੀ ਘੜੀ ਪੜ੍ਹ ਰਿਹਾ ਅੰਗਰੇਜ਼ਾਂ ਦਾ ਸਮਾਂ, ਅਤੇ ਅੰਗਰੇਜ਼ਾਂ ਦੇ ਸਮੇਂ 'ਤੇ ਜਿਹੜਾ ਸਾਡੇ 'ਤੇ ਬੋਲੀ ਦਾ ਅਸਰ ਹੋਇਆ ਉਹ ਪੜ੍ਹ ਰਿਹਾ, ਉਹ ਤੁਹਾਡੇ ਨਾਲ ਕਦੇ ਫੇਰ ਲੰਬੀ ਚੌੜੀ ਗੱਲ ਸਾਂਝੀ ਕਰਾਂਗੇ। ਤਾਂ ਉਹਨਾਂ ਨੇ ਬਹੁਤ ਵੱਡਾ ਸਿਦਕ ਦਿਖਾਇਆ ਉਸ ਘੜੀ। ਤਾਂ ਇਹਨਾਂ ਨੇ ਇਸਲਾਮ ਪ੍ਰਤੀ ਵੀ ਫਿਰ ਸਖਤੀ ਕਰੀ। ਤਾਂ ਇੱਕ ਲੰਬਾ ਸਮਾਂ ਜਿਹੜੀ ਇਹ ਈਸਾਈਅਤ ਦੀ ਬੋਲੀ ਬਾਰੇ ਖੁੱਲ੍ਹ ਸੀ, ਉਸ ਨੇ ਧਾਰਨਾ ਜਿਹੜੀ ਬਸਤੀਵਾਦ ਦੀ, ਖਾਸ ਕਰ ਅੰਗਰੇਜ਼ਾਂ ਦੀ, ਇੱਥੇ ਬਦਲੀ। ਉਹਦੇ ਵਿੱਚ ਬੋਲੀ ਦੀ ਤਾਂ ਮਾਨਤਾ ਖੁੱਲ੍ਹ ਗਈ ਸੀ ਉਹਨਾਂ ਨੇ, ਫਿਰ ਉਹਨਾਂ ਨੇ ਵਿੱਦਿਆ ਨਿਸ਼ਚਿਤ ਕਰਨੀ ਸੀ। ਤਾਂ ਵਿੱਦਿਆ ਨਿਸ਼ਚਿਤ ਕਰਨ ਖਾਤਰ ਜਿਹੜਾ ਉਹਨਾਂ ਦਾ 1854 ਦਾ ਐਕਟ ਹੈ, ਐਜੂਕੇਸ਼ਨਲ ਚਾਰਟ ਆਫ 1854, ਉਹ ਚਾਰਲਸ ਵੁੱਡ ਦਾ, ਉਹਦੇ ਖਾਤਰ ਇੱਥੇ ਇੱਕ ਪੰਜਾਬ ਦਾ ਤੁਹਾਡੇ ਅੰਮ੍ਰਿਤਸਰ ਦਾ ਹੀ ਪਹਿਲਾਂ ਕਮਿਸ਼ਨਰ ਹੁੰਦਾ ਸੀ, 1869 ਤੱਕ ਕਮਿਸ਼ਨਰ ਰਿਹਾ, ਅੰਗਰੇਜ਼ਾਂ ਨੇ ਉਦੋਂ ਤੁਰਤ ਬਾਅਦ ਇਹ ਲਾਇਆ ਸੀ। ਬੜਾ ਵਧੀਆ ਬੰਦਾ ਸੀ, ਧਰਮੀ ਬੰਦਾ ਸੀ। ਅੰਮ੍ਰਿਤਸਰ ਦਾ ਕਮਿਸ਼ਨਰ ਉਹ ਵਧੀਆ ਬੰਦਾ ਹੀ ਲਾਉਂਦੇ ਹੁੰਦੇ ਸੀ, ਜਿਹੜਾ ਖਾਸਾ ਸਿੱਖਾਂ ਨਾਲ ਸਨੇਹ ਰੱਖ ਸਕੇ। ਤਾਂ ਉਹਨੇ 1862 ਵਿੱਚ ਪੰਜਾਬੀ ਦੀ ਵਕਾਲਤ ਵੀ ਕੀਤੀ ਸੀ ਆਰਐਨ ਕਸਟ ਨੇ। ਉਹਨੇ ਫਿਰ ਕੁਛ ਗੱਲਾਂ ਲਿਖੀਆਂ, ਉਹ ਕਹਿੰਦਾ ਵੀ ਜਿਹੜਾ ਸਾਡਾ 1854 ਦਾ ਐਕਟ ਹੈ ਇਹ ਬੜਾ, ਕਹਿੰਦਾ, ਖਤਰਨਾਕ ਹੈ, ਬੜਾ ਮਾੜਾ। ਉਹਨੂੰ ਮਾੜਾ ਇਸ ਕਰਕੇ ਕਹਿ ਰਿਹਾ ਕਿ 1854 ਵਿੱਚ ਉਹ ਕਹਿ ਰਹੇ ਨੇ ਕਿ ਇੱਥੇ ਜਿਹੜੀ ਵਿੱਦਿਆ ਉਹ ਸਾਰੀ ਦੀ ਸਾਰੀ ਸੈਕੂਲਰ ਦਿੱਤੀ ਜਾਊਗੀ। ਉਹਨਾਂ ਨੇ 1854 ਦਾ ਜਿਹੜਾ ਉਹਦਾ 28 ਨੰਬਰ ਪਹਿਰਾ ਹੈ ਉਹਦੇ ਵਿੱਚ ਉਹ ਕਹਿੰਦੇ ਵੀ ਯੂਨੀਵਰਸਿਟੀ ਦੇ ਵਿੱਚ ਕੋਈ ਵੀ ਪ੍ਰੀਖਿਆ ਦਾ ਜਿਹੜਾ ਵਿਸ਼ਾ ਹੈ ਉਹ ਧਾਰਮਿਕ ਨਹੀਂ ਹੋਊਗਾ। ਅਤੇ ਉਹ ਕਹਿੰਦੇ ਕਿਸੇ ਵੀ ਧਾਰਮਿਕ ਸੰਸਥਾ ਨੂੰ ਪ੍ਰਵਾਨਗੀ ਨਹੀਂ ਹੋਊ, ਜਿਹੜੀਆਂ ਪਹਿਲਾਂ ਦਿੱਤੀਆਂ ਹੋਈਆਂ ਨੇ ਉਹ ਰੱਦ ਕਰਾਂਗੇ। ਅਤੇ ਗ੍ਰਾਂਟਾਂ ਦਾ ਪ੍ਰਬੰਧ ਹੈ ਜਿਹੜਾ ਉਹ ਸੈਕੂਲਰ ਸੰਸਥਾਵਾਂ ਨੂੰ ਹੋਵੇਗਾ, ਧਾਰਮਿਕ ਸੰਸਥਾਵਾਂ ਨੂੰ ਨਹੀਂ ਹੋਵੇਗਾ। ਪੰਜਾਬ ਦੇ ਵਿੱਚ ਜਦੋਂ ਉਹਨਾਂ ਨੇ, ਪੰਜਾਬ ਦੇ ਵਿੱਚ ਇੱਥੇ ਤਾਂ ਸਾਰਿਆਂ ਵਿੱਦਿਅਕ ਪ੍ਰਬੰਧ ਢਾਂਚਾ ਧਾਰਮਿਕ ਏ ਸੀ, ਸਿੱਖ ਧਰਮਸ਼ਾਲਾ ਜਾਂ ਪਾਠਸ਼ਾਲਾ 'ਚ ਪੜ੍ਹਾਉਂਦੇ ਸੀ, ਜਿਹੜੇ ਸਿੱਖ ਅਤੇ ਹਿੰਦੂ ਲਗਭਗ ਸਾਰੇ ਜਿਹੜੇ ਹਿੰਦੂ ਸੀ ਉਹ ਗੁਰਮੁਖੀ ਪਾਠਸ਼ਾਲਾ 'ਚ ਪੜ੍ਹਦੇ ਸੀ, ਜਿਨ੍ਹਾਂ ਨੂੰ ਆਪਾਂ ਅੱਜ ਕੱਲ੍ਹ ਹਿੰਦੂ ਕਹਿ ਲੈਂਦੇ ਹਾਂ। ਇਹ ਵੀ ਇੱਕ ਸਵਾਲ ਆ, ਮਤਲਬ ਮੈਂ ਜਦੋਂ ਆ ਹੁਣ ਪਿਛਲਾ ਸਮਾਂ ਪੜ੍ਹਿਆ ਵੀ ਕਿ ਉਹ ਹਿੰਦੂ ਹੈ ਵੀ ਸੀ ਜਿਹੜੇ ਪੰਜਾਬ ਦੇ ਪ੍ਰਭਾਸ਼ਿਤ ਕੀਤੇ, ਹਿੰਦੂ ਨਹੀਂ ਵੀ ਹੈਗੇ ਸੀ, ਇਹ ਵੀ ਮੇਰੇ ਸਾਹਮਣੇ ਇੱਕ ਸਵਾਲ ਬਣ ਗਿਆ।
ਅੱਛਾ, ਜਿਹੜੇ ਮੁਸਲਮਾਨ ਸੀ ਉਹ ਮਕਤਬ ਵਿੱਚ ਪੜ੍ਹਦੇ ਸੀ, ਹੈ ਨਾ, ਉਹਦੇ 'ਚ ਮਦਰੱਸੇ ਵਿੱਚ ਪੜ੍ਹਦੇ ਸੀ। ਮਕਤਬ ਉਸ ਵੇਲੇ ਦਾ ਫਾਰਸੀ ਦਾ ਸਕੂਲ ਹੁੰਦਾ ਸੀ, ਉਹ ਆਪਣੇ ਹੁਣ ਵੇਲੇ ਦੇ ਅੰਗਰੇਜ਼ੀ ਸਕੂਲਾਂ ਵਰਗਾ ਸੀ, ਜਿਹਨੂੰ ਪੜ੍ਹ ਕੇ ਨੌਕਰੀ ਮਿਲਦੀ ਸੀ। ਅਤੇ ਕੋਈ ਕੋਈ ਸਕੂਲ ਸੰਸਕ੍ਰਿਤ ਦਾ ਸੀ, ਤਾਂ ਉਹ ਮਤਲਬ ਚਾਰੇ ਕਿਸਮ ਦੀਆਂ ਜਿਹੜੀਆਂ ਇਹ ਪਾਠਸ਼ਾਲਾਵਾਂ ਸੀ ਇਹ ਸਾਰੀਆਂ ਧਰਮ ਨਾਲ ਸੰਬੰਧਿਤ ਸੀ। ਤਾਂ ਅੰਗਰੇਜ਼ਾਂ ਨੇ ਜਿਹੜੀ ਨੀਤੀ ਲੈ ਕੇ ਆਉਂਦੀ ਕਿ ਵਿੱਦਿਆ ਜਿਹੜੀ ਉਹ ਸੈਕੂਲਰ ਹੋਵੇਗੀ, ਧਾਰਮਿਕ ਨਹੀਂ ਹੋਵੇਗੀ, ਤਾਂ ਇਸ ਲਈ ਇੱਕੋ ਨੁਕਤੇ ਅਤੇ ਸਾਰੀ ਜਿਹੜੀ ਵਿੱਦਿਆ ਸਾਡੇ ਇੱਥੇ 1853 ਵਿੱਚ ਉਹਨਾਂ ਨੇ ਵਿੱਦਿਅਕ ਢਾਂਚਾ ਸ਼ੁਰੂ ਕੀਤਾ, ਸਾਡੇ ਤਾਂ ਕਰਿਆ ਹੀ ਮਤਲਬ ਗੈਰ ਸਿੱਖ ਢਾਂਚਾ ਸੀ, ਅਤੇ 1854 ਵਿੱਚ ਜਦ ਇਹ ਆ ਗਿਆ ਤਾਂ ਉਹਨਾਂ ਨੇ ਇਹ ਨਵੀਂ ਗੱਲ ਸ਼ੁਰੂ ਕਰ ਦਿੱਤੀ। ਜਦੋਂ 1854 ਵਿੱਚ ਇਹ ਢਾਂਚਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਤਾਂ ਉਸ ਵਿੱਚ ਪਹਿਲਾਂ ਤਾਂ ਸਾਡੇ ਬੰਦੇ ਬਹੁਤ ਲੜੇ, ਪਰ ਫਿਰ ਹੌਲੀ ਹੌਲੀ ਉਸ ਵਿੱਦਿਅਕ ਢਾਂਚੇ ਵਿੱਚ ਪੜ੍ਹਨਾ ਤਾਂ ਹੈ ਹੀ ਸੀ, ਪੜ੍ਹਨ ਲੱਗ ਗਏ। ਅਤੇ ਜਿਹੜੇ ਪੜ੍ਹਦੇ ਆਏ ਤਾਂ ਕੁਛ ਬੰਦੇ ਫਿਰ 20-25 ਸਾਲਾਂ ਬਾਅਦ 1830 ਆਪਣੇ 70-75 ਤੱਕ ਕੁਛ ਐਸੇ ਬੰਦੇ ਪੈਦਾ ਹੋ ਗਏ ਜਿਹੜੇ ਫਿਰ ਸਿੱਖਾਂ ਨੂੰ ਹੀ ਗਲਤ ਕਹਿਣ ਲੱਗ ਗਏ ਸੀ, ਵੀ ਸਿੱਖਾਂ ਦੀਆਂ ਦੁਸ਼ਵਾਰੀਆਂ ਕਰਕੇ, ਸਿੱਖਾਂ ਦੀ ਔਖ ਕਰਕੇ ਜਿਹੜੀ ਸਮੱਸਿਆ ਦਾ ਅਸੀਂ ਅੱਜ ਵੀ ਮਤਲਬ ਸਾਹਮਣਾ ਕਰ ਰਹੇ ਹਾਂ। ਅਤੇ ਉਹ 30 ਸਾਲਾਂ ਦੇ ਵਿੱਚ ਆਪਣੇ 80 ਤੱਕ ਲਾ ਲਓ ਤੁਸੀਂ, ਉਹ ਉਹਨਾਂ ਨੇ ਖੜ੍ਹੇ ਕਰ ਲਏ ਸੀ। ਮੈਨੂੰ ਮਤਲਬ ਗਿਆਨੀ ਹੀਰਾ ਸਿੰਘ ਦਰਦ ਉਹਨਾਂ ਵਿੱਚੋਂ ਇੱਕ ਬੰਦਾ ਲੱਗਦਾ ਕਿ ਜਿਹੜੇ ਨੇ ਮਤਲਬ ਸਿੱਖਾਂ ਨੂੰ ਹੀ ਗਾਲਾਂ ਵੱਧ ਕੱਢੀਆਂ। ਅਤੇ ਉਸ ਤੋਂ ਬਾਅਦ ਉਹ ਜਿਹੜਾ ਕਾਲੇ ਪਾਣੀ ਵਾਲਾ ਦੀਵਾਨ ਸਿੰਘ ਕਾਲੇ ਪਾਣੀ, ਅਤੇ ਉਹਨੂੰ ਮੈਂ ਪੜ੍ਹਿਆ ਅਤੇ ਉਹਨੇ ਵੀ ਮਤਲਬ ਸਭ ਤੋਂ ਵੱਧ ਜਿਹੜਾ ਕਿਹਾ ਵੀ ਬੋਲੀ ਕਰਕੇ ਤੁਸੀਂ ਸਿੱਖੇ ਮਾੜੇ ਹੋ। ਤਾਂ ਤੁਸੀਂ ਦੇਖੋ ਵੀ ਉਹਨਾਂ ਨੇ ਜਿਹੜੀ ਸੈਕੂਲਰ ਵਿੱਦਿਆ ਦਾ ਢਾਂਚਾ ਸਾਨੂੰ ਦਿੱਤਾ ਸੀ ਜੋ ਪਿੱਛੋਂ ਅਰਸਤੂ ਤੋਂ ਸ਼ੁਰੂ ਹੋਇਆ, ਤਾਂ ਉਹ ਕਿਵੇਂ ਸਾਡੇ 'ਤੇ ਅਸਰ ਪਾਇਆ ਅਤੇ ਅੱਜ ਹੁਣ ਸਾਡੇ ਉੱਤੇ ਅਸਰ ਪਾਇਆ। ਪਰ ਉਹ ਇੰਨੇ ਚਲਾਕ ਸੀ, ਉਹ 1847 ਤੋਂ 57 ਤੱਕ ਦੀਆਂ ਕੁਛ ਚਿੱਠੀਆਂ ਨੇ, ਉਹਨਾਂ ਦੇ ਵਿੱਚ ਉਹਨਾਂ ਦੀ ਇੱਕ ਪੋਲਿਸੀ ਆ, ਉਹ ਪੋਲਿਸੀ ਦੇ ਵਿੱਚ ਆਪਣੇ ਇੱਕ ਅਫਸਰ ਨੇ ਲਿਖਿਆ, ਉਹ ਕਹਿੰਦਾ ਵੀ ਸਾਡੀ ਪੋਲਿਸੀ ਤਾਂ ਸੈਕੂਲਰ ਹੋਊਗੀ ਬਟ ਕ੍ਰਿਸਚੀਅਨ ਰਿਲੀਜ਼ਨ ਵਿਲ ਨੋਟ ਬੀ ਡਿਸਕੋਂਟੈਸਟਡ। ਉਹ ਕਹਿੰਦਾ ਵੀ ਇਹਨੂੰ ਨਹੀਂ ਅਸੀਂ ਵੀ ਪੋਲਿਸੀ ਸਾਡੀ ਸੈਕੂਲਰ ਹੋਊਗੀ ਪਰ ਅਸੀਂ ਕ੍ਰਿਸਚੀਅਨ ਰਿਲੀਜ਼ਨ ਦੇ ਪ੍ਰਚਾਰ ਨੂੰ ਨਹੀਂ ਕੁਛ ਕਹਾਂਗੇ, ਇਹ ਵਿੱਦਿਅਕ ਢਾਂਚਾ 'ਚ ਵੀ ਇੱਦਾਂ ਹੀ ਚੱਲੂਗਾ। ਅਤੇ ਜਿਹੜੀ ਗੱਲ ਉਹ ਪ੍ਰਭਜੋਤ ਸਿੰਘ ਨੇ ਕਰੀ ਸੀ ਕਿ ਪ੍ਰਭਾਸ਼ਿਤ ਕਿਵੇਂ ਕਰਨਾ, ਤਾਂ ਜਦੋਂ ਸੱਤਾ 'ਤੇ ਕੋਈ ਸਥਾਪਿਤ ਹੋ ਜਾਂਦਾ ਤਾਂ ਫਿਰ ਉਹ ਆਪਣੇ ਧਰਮ ਨੂੰ ਸੈਕੂਲਰ ਕਹਿ ਦਿੰਦਾ ਵੀ ਅਸੀਂ ਸੈਕੂਲਰ, ਤਾਂ ਉਹ ਕਿਵੇਂ ਮਤਲਬ ਇਹ ਗੱਲ ਸਥਾਪਿਤ ਹੋਈ। ਤਾਂ ਈਸਾਈਅਤ ਦਾ ਜਿਹੜਾ ਬੋਲੀ ਬਾਰੇ ਨਜ਼ਰੀਆ ਸੀ ਉਸਨੇ ਇਹ ਸਾਡੇ 'ਤੇ ਅਸਰ ਪਾਇਆ। ਅੱਛਾ, ਇੱਕ ਗੱਲ ਜਿਹੜੀ ਹੋਰ ਸਥਾਪਿਤ ਹੋਈ ਜਿਹੜੀ ਪੱਛਮ ਤੋਂ ਹੀ ਆਈ, ਉਹ ਇਹ ਸੀ ਕਿ ਬੋਲੀਆਂ ਬਦਲ ਜਾਂਦੀਆਂ ਹੁੰਦੀਆਂ ਨੇ, ਬੋਲੀ ਦੇ ਵਿੱਚ ਬੋਲੀ ਦੇ ਬਦਲਾਅ ਦਾ ਸਿਧਾਂਤ ਦਿੱਤਾ। ਤੁਸੀਂ ਬੋਲੀਆਂ ਬਾਰੇ ਜਿੰਨੀਆਂ ਕਿਤਾਬਾਂ ਪੜ੍ਹੋਗੇ ਉਹਦੇ ਵਿੱਚ ਇਹ ਗੱਲ ਆਵੇਗੀ। ਜਿਹੜੇ ਦੋ ਬਹੁਤ ਮਹੱਤਵਪੂਰਨ ਬੰਦੇ ਨੇ, ਇੱਕ ਐਡਵਰਡ ਸੇਪੀਅਰ, ਇੱਕ ਆਟੋ ਜੈਸਪਰਸਨ, ਉਹਨਾਂ ਦੀਆਂ ਕਿਤਾਬਾਂ ਨੇ ਬੋਲੀ ਬਾਰੇ, ਉਹ ਕਹਿੰਦੇ ਵੀ ਇਹ ਇੱਕ ਹਿਸਟੋਰੀਕਲ ਪ੍ਰੋਡਕਟ ਹੈ ਅਤੇ ਇਹ ਚੇਂਜੇਬਲ ਪ੍ਰੋਡਕਟ ਹੈ। ਪਰ ਜਦੋਂ ਤੁਸੀਂ ਮੰਨ ਲਓ ਵੀ ਤੁਸੀਂ ਵੇਖੋ ਕਿ ਫਰਾਂਸ ਦੇ ਵਿੱਚ ਜਿਹੜੀ ਫਰਾਂਸ ਦੀ ਖਾਸ ਕਰ ਪੈਰਿਸ ਦੀ ਬੋਲੀ ਆ ਉਹ ਕਿੰਨੀ ਕੁ ਬਦਲੀ ਜਦੋਂ ਤੋਂ ਫਰਾਂਸ ਪਿਛਲੇ ਮਤਲਬ 250-300 ਸਾਲ ਤੋਂ 400 ਸਾਲ ਤੋਂ ਸਥਾਪਿਤ ਹੋਇਆ ਹੋਇਆ, ਤਾਂ ਫਰੈਂਚ ਕਿੰਨੀ ਕੁ ਬਦਲੀ ਅਤੇ ਉਹਦੇ ਮੁਕਾਬਲੇ ਤੁਸੀਂ ਪੰਜਾਬੀ ਕਿੰਨੀ ਬਦਲੀ। ਤਾਂ ਇਸ ਲਈ ਜਿਹੜੀ ਬੋਲੀ ਬਦਲਦੀ ਹੈ, ਤਾਂ ਮੈਂ ਬੋਲੀ ਦੇ ਬਦਲਾਅ ਸਿਧਾਂਤ ਬਾਰੇ ਕੰਮ ਕੀਤਾ ਹੋਇਆ, ਉਹ ਕੁਛ 8-10 ਸਾਲ ਪਹਿਲਾਂ ਛਪਿਆ ਸੀ,
ਉਹਦੇ ਵਿੱਚ ਇਹ ਹੈ ਕਿ ਬੋਲੀ ਦੇ ਬਦਲਣ ਦਾ ਤਰੀਕਾ ਹੀ ਇਹ ਹੈ ਕਿ ਜਿਵੇਂ ਪਾਣੀ ਉੱਪਰ ਤੋਂ ਹੇਠਾਂ ਨੂੰ ਵਗਦਾ ਨਾ, ਅਤੇ ਬੋਲੀ ਸੱਤਾ ਦੇ ਹਿਸਾਬ ਨਾਲ ਬਦਲਦੀ ਹੈ। ਇਹ ਜੈਸਪਰਸਨ ਹੀ ਇੱਕ ਥਾਂ 'ਤੇ ਇਹ ਆਖਦਾ, ਉਹ ਕਹਿੰਦਾ ਵੀ ਸਾਡੇ ਕੋਲ ਇਤਿਹਾਸ ਵਿੱਚ ਇੱਕ ਵੀ ਐਸੀ ਮਿਸਾਲ ਨਹੀਂ ਹੈ ਜਿੱਥੇ ਹਾਰੇ ਹੋਇਆਂ ਨੇ ਜਿੱਤੇ ਹੋਇਆਂ ਨੇ ਹਾਰੇ ਹੋਇਆਂ ਕੋਲੋਂ ਕੁਝ ਲਿਆ ਹੋਵੇ। ਉਹ ਕਹਿੰਦਾ ਵੀ ਜਿਹੜਾ ਕੁਛ ਲੈਂਦੇ ਨੇ ਉਹ ਹਾਰੇ ਹੋਈ ਲੈਂਦੇ ਨੇ, ਜਿੱਤੇ ਹੋਏ ਜੇ ਲੈਂਦੇ ਵੀ ਨੇ ਤਾਂ ਉਹ ਚੀਜ਼ ਨੂੰ ਆਪਣੀ ਬਣਾ ਕੇ ਲੈਂਦੇ ਨੇ, ਵੀ ਤਾਂ ਸਾਡੀ ਹੀ ਹੈ, ਮਤਲਬ ਉਹ ਪ੍ਰਭਾਸ਼ਤ ਹੀ ਉਸ ਨੂੰ ਆਪਣੇ ਕਰਦੇ ਨੇ। ਤਾਂ ਜਿਹੜਾ ਬੋਲੀ ਵਿੱਚ ਬਦਲਾਅ ਸਿਧਾਂਤ ਹੈ ਉਹਦੇ ਖਾਤਰ ਇਹਨਾਂ ਨੇ ਇੱਕ ਦੂਸਰਾ ਆਖਿਆ ਕਿ ਜਿਹੜਾ ਸੱਭਿਆਚਾਰਕ ਮਿਲਾਪ ਆ, ਕਲਚਰਲ ਕੰਟੈਕਟ, ਉਹ ਵਾਪਰਦਾ ਹੁੰਦਾ। ਤਾਂ ਸੱਭਿਆਚਾਰਕ ਮਿਲਾਪ ਪਹਿਲੀ ਵਾਰੀ ਧੱਕੇ ਨਾਲ ਸਿਕੰਦਰ ਨੇ ਕਰਾਇਆ ਸੀ। ਜਦ ਉਹ ਜਿੱਤ ਗਿਆ ਤਾਂ ਉਹਨੇ ਜਿਹੜੇ ਮੈਕਦੋਨੀਆ ਦੇ ਬੰਦੇ ਸੀ ਉਹਨਾਂ ਦਾ ਫਾਰਸ ਦੀਆਂ ਬੀਬੀਆਂ ਨਾਲ ਵਿਆਹ ਕਰਿਆ, ਅਤੇ ਪਰਸ਼ੀਆ ਦੀਆਂ ਬੀਬੀਆਂ ਨਾਲ ਉਹਨਾਂ ਬੀਬੀਆਂ ਨਾਲ ਵਿਆਹ ਕਰਾਇਆ। ਅਤੇ ਫਿਰ ਹੌਲੀ ਹੌਲੀ ਉਹ ਵਿਆਹ ਰੋਜ਼ ਹੋਣ ਲੱਗੇ, ਕਿਉਂਕਿ ਉਹ ਉੱਚੇ ਹੋ ਗਏ ਯੂਨਾਨ ਵਾਲੇ, ਇਹ ਫਾਰਸ ਵਾਲੇ ਨੀਵੇਂ ਹੋ ਗਏ। ਤਾਂ ਉੱਥੋਂ ਫਿਰ ਜਿਹੜੀ ਉਹਨਾਂ ਨੇ ਉਹ ਆਪਣੀ ਯੂਨਾਨੀ ਸੰਸਕ੍ਰਿਤੀ ਦਾ ਬੁੱਢ ਬੰਨਿਆ, ਤਾਂ ਉਹਨਾਂ ਦੀ ਉਹ ਬੋਲੀ ਉੱਥੋਂ ਸਥਾਪਿਤ ਹੋਈ। ਤਾਂ ਪੁਰਾਣੇ ਸਮੇਂ ਤੋਂ ਜਦੋਂ ਤੁਸੀਂ ਦੇਖ ਲਓ ਕਿ ਜਿਹੜਾ ਬਦਲਾਅ ਹੈ, ਜਿਵੇਂ ਹੁਣ ਇੱਥੇ ਅਰਬ ਆਏ, ਅਰਬ ਪਹਿਲਾਂ ਤਾਂ ਫਾਰਸ ਵਿੱਚ ਆਏ, ਜਦੋਂ ਫਾਰਸ ਵਿੱਚ ਆਏ ਤਾਂ ਫਾਰਸੀ ਬੋਲੀ ਦੇ ਵਿੱਚ ਅਰਬੀ ਦੇ ਇੰਨੇ ਸ਼ਬਦ ਆਏ ਬੇਅੰਤ, ਤਾਂ ਹੌਲੀ ਹੌਲੀ ਉਹਨਾਂ ਨੇ ਉਹਨਾਂ ਦਾ ਜਿਹੜਾ ਲਿਖਣ ਪ੍ਰਬੰਧ ਸੀ ਉਹੀ ਤਰਕ ਕਰ ਦਿੱਤਾ। ਹੁਣ ਅੱਜ ਕੱਲ੍ਹ ਜਿਹੜੇ ਫਾਰਸੀ ਨੇ ਉਹ ਫਾਰਸੀ ਅਰਬੀ ਲਿਪੀ 'ਚ ਲਿਖੀ ਜਾਂਦੀ ਆ, ਹੈ ਨਾ। ਅਤੇ ਜਦੋਂ ਉਹ ਇੱਥੇ ਆਏ ਤਾਂ ਇੱਥੇ ਤੁਸੀਂ ਦੇਖੋ ਵੀ ਇੱਥੋਂ ਕਿੰਨਾ ਕੁ ਉੱਧਰ ਨੂੰ ਗਿਆ, ਮਤਲਬ ਪੰਜਾਬ 'ਚੋਂ ਜਾਂ ਹਿੰਦੁਸਤਾਨ ਦੀਆਂ ਬੋਲੀਆਂ ਵਾਲਿਆਂ ਨੇ ਤੋਂ ਅਰਬ ਵਾਲਿਆਂ ਨੇ ਜਾਂ ਈਰਾਨ ਵਾਲਿਆਂ ਨੇ ਕਿੰਨਾ ਕੁ ਲਿਆ, ਉਹ ਤਾਂ ਕੋਈ ਕੀ ਕਹਿਣਾ, ਕੋਈ ਟਾਵੀਂ ਟੱਲੀ ਮਿਸਾਲ ਹੋਵੇ। ਤਾਂ ਇਸ ਲਈ ਜਿਹੜਾ ਬਦਲਾਅ ਦਾ ਸਿਧਾਂਤ ਸਥਾਪਿਤ ਹੋਇਆ ਉਹ ਉੱਪਰ ਤੋਂ ਹੇਠਾਂ ਵੱਲ ਨੂੰ, ਅਤੇ ਜੇ ਤਾਂ ਕੋਈ ਜੇਤੂ ਧਿਰ ਹੈ ਤਾਂ ਉਹਦੇ ਲਈ ਬਦਲਾਅ ਦੀ ਕੀਮਤ ਜਾਂ ਬਦਲਾਅ ਦਾ ਮੁੱਲ ਹੋਰ ਹੈ, ਜਿਹੜੀ ਕੋਈ ਹਾਰੀ ਹੋਈ ਧਿਰ ਹੈ ਉਹਦੀ ਕੀਮਤ ਹੋਰ ਹੈ। ਦੂਸਰੀ ਗੱਲ, ਬਦਲਾਅ ਦੀ ਗਤੀ ਕੀ ਹੈ, ਕਿੰਨਾ ਕੁ ਬਦਲਣਾ। ਹੁਣ ਜਿਹੜੇ ਹਿਸਾਬ ਨਾਲ ਸਿੱਖਾਂ ਵਿੱਚ ਜਾਂ ਪੰਜਾਬ ਵਿੱਚ ਬਦਲਾਅ ਵਾਪਰ ਰਿਹਾ, ਮਤਲਬ ਖਾਣ ਤੋਂ ਲੈ ਕੇ ਪਹਿਨਣ ਤੱਕ, ਬੋਲਣ ਤੱਕ, ਸੋਚਣ ਤੱਕ, ਆਪਣੀ ਧਰਤੀ ਤੋਂ ਟੁੱਟਣ ਤੱਕ, ਮੰਨ ਲਓ ਵੀ ਸਾਡੇ ਬੰਦੇ ਜ਼ਮੀਨ ਵੇਚਣ ਲੱਗੇ ਮਿੰਟ ਨਹੀਂ ਲਾਉਂਦੇ ਹਨ, ਅਤੇ ਹੁਣ ਜੇ ਤੁਸੀਂ ਕਿਸੇ ਨੂੰ ਰਿਸ਼ਤਾ ਕਰਾਉਣਾ ਹੋਵੇ ਨਾ, ਤਾਂ ਪਹਿਲਾਂ ਜ਼ਮੀਨ ਦੀ ਕੀਮਤ ਕੀ ਹੁੰਦੀ ਸੀ, ਆਪਣੇ ਕਹਿੰਦੇ ਸੀ ਵੀ ਫਲਾਣੇ ਦੇ ਭਾਈ ਇੰਨੇ ਦਾਣੇ ਹੋ ਜਾਂਦੇ ਨੇ, ਅਤੇ ਹੁਣ ਜ਼ਮੀਨ ਦੀ ਕੀਮਤ ਜੇ ਕਿਸੇ ਨੇ ਵਿਚੋਲੇ ਨੇ ਰਿਸ਼ਤਾ ਵੀ ਕਰਾਉਣਾ ਤਾਂ ਉਹ ਕਹਿੰਦਾ ਵੀ ਉਹ ਸੜਕ 'ਤੇ ਆ ਜੀ, ਉਹ ਇੰਨੇ ਦੀ ਵਿਕ ਜੂਗੀ। ਮਤਲਬ ਜ਼ਮੀਨ ਦੀ ਕੀਮਤ ਸਾਡੇ ਅੰਦਰ ਜਿਹੜੀ ਕਿ ਪੈਦਾਵਾਰ ਦੇ ਨੁਕਤੇ ਤੋਂ ਸਥਾਪਿਤ ਸੀ, ਉਹ ਸਾਡੇ ਅੰਦਰ ਵੇਚਣ ਦੇ ਨੁਕਤੇ ਤੋਂ ਸਥਾਪਿਤ ਹੋ ਗਈ। ਮਤਲਬ ਕਿਸੇ ਸੱਭਿਆਚਾਰ ਦੇ ਵਿੱਚ ਜਿਹੜਾ ਬਦਲਾਅ ਆਉਣਾ ਹੁੰਦਾ ਉਹ ਬਦਲਾਅ ਕਿੱਥੇ ਤੱਕ ਆ ਜਾਂਦਾ। ਤਾਂ ਇਸ ਲਈ ਇਹ ਚਾਰ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ, ਉਹ ਗੱਲਾਂ ਮੈਂ ਕਰ ਲਈਆਂ। ਅੱਛਾ, ਇਸ ਖਾਤਰ ਉਹ ਜਿਹੜਾ ਉਹਨਾਂ ਨੇ ਜਿਹੜੇ ਤਰੀਕੇ ਵਰਤੇ ਉਹ ਮੈਂ ਤੁਹਾਡੇ ਨਾਲ ਸਿਰਫ ਨਾਂ ਹੀ ਲੈਣੇ ਨੇ ਉਹਨਾਂ ਤਰੀਕਿਆਂ। ਇੱਕ ਤਾਂ ਇਹ ਹੈ ਕਿ ਉਹਨਾਂ ਨੇ ਇਤਿਹਾਸਵਾਦ ਦਾ ਤਰੀਕਾ ਵਰਤਿਆ ਰਵਾਇਤ ਦੀ ਥਾਂ 'ਤੇ, ਵੀ ਨਾਵਾਂ ਥਾਵਾਂ ਦੇ ਵੇਰਵੇ ਤੱਥਾਂ ਨਾਲ, ਜ਼ਿਕਰ ਨਾਲ। ਜਿਹੜੀ ਰਵਾਇਤ ਹੈ, ਜੇ ਤੁਸੀਂ ਸਾਖੀ ਰਾਹੀਂ ਵੇਖੋ, ਜਿਹੜੀ ਸਾਖੀ ਹੈ, ਇੱਕ ਨਾ ਪ੍ਰੋਫੈਸਰ ਦਰਸ਼ਨ ਸਿੰਘ ਨੇ ਭਾਈ ਗੁਰਦਾਸ ਬਾਰੇ ਕਿਤਾਬ ਲਿਖੀ ਹੋਈ ਆ, ਉਹ ਭਾਈ ਗੁਰਦਾਸ ਦੇ ਜੀਵਨ ਬਾਰੇ ਜਦੋਂ ਗੱਲ ਕਰਦੇ ਨੇ ਤਾਂ ਉੱਥੇ ਇਹ ਗੱਲ ਕਰਦੇ ਨੇ ਕਿ ਜਿਹੜੀ ਸਾਡੀ ਇੱਥੇ ਪਰੰਪਰਾ ਹੈ ਸਾਰੇ ਹਿੰਦੁਸਤਾਨ ਦੀ, ਇਹ ਇੱਥੇ ਸਾਖੀ ਦੀ ਹੈ, ਚਾਹੇ ਪੁਰਾਣ ਹੈ, ਉਹ ਵੀ ਇੱਕ ਕਿਸਮ ਦੀਆਂ ਸਾਖੀਆਂ ਸੀ। ਉਹ ਕਹਿੰਦੇ ਜਿਹੜੀ ਸਾਖੀ ਹੈ, ਸਾਖੀ ਤੱਤ ਲੈ ਕੇ ਆਉਂਦੀ ਹੈ ਕਿ ਜਿਹੜਾ ਤੱਤ ਸਾਨੂੰ ਚਾਹੀਦਾ। ਇਤਿਹਾਸ ਨਾਵਾਂ ਥਾਵਾਂ ਦੇ ਵੇਰਵੇ ਲੈ ਕੇ ਆਉਂਦਾ ਜਿਹੜੇ ਸਾਨੂੰ ਯਾਦ ਨਹੀਂ ਰਹਿੰਦੇ। ਇਸ ਲਈ ਸਾਖੀ ਨੇ ਤੁਹਾਨੂੰ ਉਹ ਦੇਣਾ ਹੈ ਜਿਹੜਾ ਬੰਦੇ ਨੇ ਅਗਾਂਹ ਲੈ ਕੇ ਜਾਣਾ, ਜਿਹੜਾ ਬੰਦੇ ਨੂੰ ਜਿਉਣ ਖਾਤਰ ਜਾਂ ਜਿਹੜਾ ਬੰਦੇ ਦੇ ਜ਼ਿੰਦਗੀ ਵਿੱਚ ਕੰਮ ਆਉਣਾ।
ਉਹ ਕਹਿੰਦਾ ਇਤਿਹਾਸ ਵੱਖਰੀ ਚੀਜ਼ ਆ, ਤਾਂ ਉੱਥੇ ਰਿਵਾਜ਼ ਵੀ ਵੱਖਰਾ ਸੀ, ਉੱਥੇ ਤਾਂ ਮਤਲਬ ਬੰਦਿਆਂ ਦੇ ਮਰਨ ਦੇ ਉੱਤੇ ਲਿਖਿਆ ਜਾਂਦਾ ਸੀ ਬਹੁਤ ਕੁਛ, ਤਾਂ ਇਸ ਲਈ ਉਹਨਾਂ ਨੇ ਇਤਿਹਾਸਵਾਦ ਦੀ ਪਰੰਪਰਾ ਲੈ ਕੇ ਆਉਂਦੀ, ਅਤੇ ਇਤਿਹਾਸਵਾਦ ਵਿੱਚੋਂ ਬੋਲੀ ਦੇ ਇਤਿਹਾਸ ਲਿਖਣੇ ਸ਼ੁਰੂ ਹੋਏ, ਅਤੇ ਸਾਡੇ ਜਿਹੜੇ ਇਤਿਹਾਸ, ਸਾਡਾ ਜਿਹੜਾ ਇਤਿਹਾਸ ਬੋਲੀ ਦਾ ਲਿਖਣਾ ਸ਼ੁਰੂ ਹੋਇਆ, ਪੰਜਾਬੀ ਦਾ ਤਾਂ ਪਹਿਲਾ ਇਤਿਹਾਸ 1848 ਵਿੱਚ, ਆਪਣੇ 1948 ਵਿੱਚ ਲਿਖਿਆ ਸੰਤ ਸਿੰਘ ਸੇਖੋਂ ਨੇ, ਕੁਛ ਦੇਰ ਇੱਦੋਂ ਪਹਿਲਾਂ ਥੋੜ੍ਹੇ ਥੋੜ੍ਹੇ ਬੰਦਿਆਂ ਨੇ ਸਾਡਿਆਂ ਨੇ ਯਤਨ ਕੀਤੇ। ਸਾਡੇ ਪੰਜਾਬੀ ਦੇ ਇਤਿਹਾਸ ਤੋਂ ਪਹਿਲਾਂ ਅੰਗਰੇਜ਼ਾਂ ਨੇ ਇਤਿਹਾਸ ਜਿਹੜਾ ਵਿਲੀਅਮ ਜੋਨਸ ਨੇ 1780 ਵਿੱਚ ਸ਼ੁਰੂ ਕਰ ਦਿੱਤਾ ਸੀ ਕਲਕੱਤੇ ਉੱਥੋਂ, ਅਤੇ ਦੂਸਰਾ ਫਿਰ ਸਭ ਤੋਂ ਪਹਿਲਾਂ ਹਿੰਦੀ ਦੇ ਇਤਿਹਾਸ ਲਿਖੇ ਗਏ ਸੀ। ਪੰਜਾਬੀ ਦੇ ਜਿਹੜੇ ਬਹੁਤੇ ਇਤਿਹਾਸ ਨੇ ਉਹ ਹਿੰਦੀ ਦੇ ਇਤਿਹਾਸ ਦੀ ਨਕਲ ਨੇ, ਉਹਦੇ ਵਿੱਚੋਂ ਇੰਡੋ ਆਰੀਅਨਸ ਐਂਡ ਹਿੰਦੀ ਸੁਨੀਤੀ ਕੁਮਾਰ ਚੈਟਰਜੀ ਦੀ ਕਿਤਾਬ ਹੈ, ਉਹਦਾ ਰੂਪ ਇਹਨੇ ਲਗਭਗ। ਤਾਂ ਇਸ ਲਈ ਉਹਨਾਂ ਨੇ ਫਿਰ ਇਤਿਹਾਸਵਾਦ ਦੀ, ਭਾਸ਼ਾਈ ਪਰਿਵਾਰਵਾਦ ਦੀ ਧਾਰਾ ਲੈ ਕੇ ਆਉਂਦੀ ਕਿ ਭਾਸ਼ਾ ਪਰਿਵਾਰ ਹੁੰਦਾ ਜੀ, ਸੰਸਕ੍ਰਿਤ ਸਾਰਿਆਂ ਦੀ ਮਾਂ ਹੈ ਅਤੇ ਬਾਕੀ ਬੋਲੀਆਂ ਨਿਕਲਦੀਆਂ ਨੇ, ਇਹ ਇੱਕ ਮੈਂ ਤੁਹਾਨੂੰ ਸੰਖੇਪ 'ਚ ਗੱਲ ਦੱਸੀ। ਅਤੇ ਇੱਕ ਕਿ ਭਾਸ਼ਾਈ ਸ਼ੁੱਧਤਾਵਾਦ, ਕਿ ਬੋਲੀ ਤੁਸੀਂ ਸ਼ੁੱਧ ਕਰਨੀ ਆ, ਜਿਵੇਂ ਹੁਣ ਬੋਲੀ ਇਲਾਕਿਆਂ ਮੁਤਾਬਕ ਹੁੰਦੀ, ਬੋਲੀ ਦੀ ਸ਼ੁੱਧਤਾ ਇਲਾਕੇ ਮੁਤਾਬਕ ਹੁੰਦੀ, ਬੋਲੀ ਦੀ ਸ਼ੁੱਧਤਾ ਰਾਜ ਮੁਤਾਬਕ ਨਹੀਂ ਹੁੰਦੀ। ਜੇ ਮੰਨ ਲਓ ਗੁਰਪ੍ਰੀਤ ਸਿੰਘ ਕਿਤਾਬ ਲਿਖੇ ਤਾਂ ਇਹ ਮਾਝੀ 'ਚ ਲਿਖੇਗਾ, ਅਤੇ ਜੇ ਮੈਂ ਲਿਖਾਂ ਤਾਂ ਮੈਂ ਮਲਵਈ 'ਚ ਲਿਖਾਂ। ਤਾਂ ਪਰ ਹੁਣ ਸਾਡੇ ਕੋਲ ਮਤਲਬ ਬੋਲੀ ਦੀਆਂ ਜਿਹੜੀ ਸ਼ੁੱਧਤਾਵਾਦ ਆ ਹੋਰ ਤਰ੍ਹਾਂ ਸਥਾਪਿਤ ਹੋ ਗਿਆ, ਹਾਲਾਂਕਿ ਬੋਲੀ ਦਾ ਸ਼ੁੱਧਤਾਵਾਦ ਹੁੰਦਾ ਹੈ ਪਰ ਉਹ ਆਪਣੇ ਇਲਾਕੇ ਆਪਣੀ ਉਸ ਥਾਂ ਤੱਕ ਸੀਮਿਤ ਹੁੰਦਾ। ਅਤੇ ਇਹ ਵੱਡੇ ਪੱਧਰ 'ਤੇ ਜਦੋਂ ਸਥਾਪਿਤ ਹੋ ਗਿਆ ਤਾਂ ਇਹ ਰਾਜ ਦਾ ਸੰਦ ਬਣਿਆ ਅਤੇ ਸਾਡੇ ਸ਼ਬਦਾਂ ਨੂੰ ਬਦਲਣ ਦਾ ਸਾਧਨ ਬਣਿਆ। ਅਤੇ ਇੱਕ ਭਾਸ਼ਾਈ ਇਕਸਾਰਤਾ, ਵਿਭਿੰਨਤਾ ਖਤਮ ਕਰੋ ਜੀ। ਜਦੋਂ ਹੁਣ ਅਸੀਂ PhD ਦਾ ਥੀਸਿਸ ਲਿਖਦੇ ਹਾਂ ਜਾਂ ਕੋਈ ਕਿਤਾਬ ਲਿਖਦੇ ਹਾਂ ਤਾਂ ਸਾਨੂੰ ਕਿਹਾ ਜਾਂਦਾ ਵੀ ਇੱਕੋ ਸ਼ਬਦ ਵਰਤੋ, ਜਦਕਿ ਸਾਡੀ ਰਵਾਇਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕੋ ਸ਼ਬਦ ਨੂੰ ਵੱਖੋ ਵੱਖਰੇ ਰੂਪਾਂ ਵਿੱਚ ਲਿਖਿਆ ਹੋਇਆ। ਅਤੇ ਵੀ ਭਾਸ਼ਾ ਕਾਨੂੰਨ ਦੀ ਚੀਜ਼ ਬਣ ਗਈ ਅਤੇ ਭਾਸ਼ਾ ਨੂੰ ਅੰਕੜਿਆਂ ਰਾਹੀਂ ਮਾਪਿਆ ਜਾਣ ਲੱਗ ਪਿਆ, ਅਤੇ ਜਿਹੜਾ ਅੰਗਰੇਜ਼ਾਂ ਨੇ ਸਾਡੇ ਉੱਤੇ ਹਥਿਆਰ ਚਲਾਇਆ ਅਤੇ ਬੋਲੀ ਦੇ ਮਾਮਲੇ 'ਤੇ ਸਭ ਤੋਂ ਪਹਿਲਾਂ ਅੰਕੜਿਆਂ ਦਾ ਸੀ, ਤਾਂ ਉਹਨਾਂ ਨੇ ਅੰਕੜੇ ਇਕੱਠੇ ਕੀਤੇ ਅਤੇ ਅੰਕੜਿਆਂ ਨਾਲ ਇੱਥੇ ਲੋਕਾਂ ਨੂੰ ਪ੍ਰਭਾਸ਼ਿਤ ਕੀਤਾ ਕਿ ਤੁਸੀਂ ਕੌਣ ਹੋ, ਅਤੇ ਉਹ ਅੰਕੜਾ ਤਰੀਕੇ ਰਾਹੀਂ ਇਹ ਕੰਮ ਕਰਿਆ। ਤਾਂ ਇਸ ਲਈ ਇਹ ਮੈਂ ਜਿਹੜੀ ਤੁਹਾਡੇ ਨਾਲ ਸਾਰੀ ਗੱਲਬਾਤ ਰੱਖੀ, ਇਹਦੇ ਵਿੱਚ ਸਾਡਾ ਜਿਹੜਾ ਮੂਲ ਫਰਕ ਇੱਥੇ ਆ ਜਾਂਦਾ, ਇੱਥੇ ਧਰਮ ਅਤੇ ਸੱਤਾ ਦਾ ਆ ਜਾਂਦਾ। ਜੇ ਸੱਤਾ ਧਰਮ ਦੇ ਮੁਤਾਬਕ ਹੈ ਫਿਰ ਸੱਤਾ ਦਾ ਨਿਭਾਅ ਹੋਰ ਹੈ, ਜੇ ਸੱਤਾ ਧਰਮ ਤੋਂ ਉੱਤੇ ਹੈ ਤਾਂ ਫਿਰ ਸਮੱਸਿਆ। ਤਾਂ ਇਸ ਲਈ ਜਿਹੜਾ ਸਾਡੇ ਨਾਲ ਬੋਲੀ ਦਾ ਨੁਕਤਾ, ਬੋਲੀ ਧਰਮ ਤੋਂ ਖਿਸਕ ਕੇ ਸੱਤਾ ਦੀ ਚੀਜ਼ ਬਣ ਗਈ, ਉਹ ਸਾਡੇ ਲਈ ਸਮੱਸਿਆ ਬਣੇ। ਅਤੇ ਜਿਹੜਾ ਆਪਾਂ ਸਰਬੱਤ ਦਾ ਖਿਆਲ ਪਾਲਿਆ ਹੋਇਆ ਸਿੱਖਾਂ ਨੇ ਜਾਂ ਸਾਡੇ ਕੋਲ ਹੈਗਾ, ਅਤੇ ਜੇ ਸਾਡੇ 'ਤੇ ਇਹ ਪੱਛਮੀ ਬੋਲੀ ਦ੍ਰਿਸ਼ਟੀ ਜਾਂ ਪੱਛਮੀ ਨਜ਼ਰੀਆ ਇੱਦਾਂ ਅਸਰ ਪਾਉਂਦਾ ਤਾਂ ਉਹ ਸਰਬੱਤ ਦੇ ਖਿਆਲ ਨੂੰ ਇੱਕ ਦੇ ਖਿਆਲ ਵਿੱਚ ਨੂੰ ਸਰਬੱਤ ਦਾ ਖਿਆਲ ਬਣਾਉਣ ਦਾ ਚੱਕਰ ਹੈ। ਜਿਹੜਾ ਸਰਬੱਤ ਦਾ ਖਿਆਲ ਕੀ ਹੁੰਦਾ ਕਿ ਸਾਰਿਆਂ ਦਾ, ਹੈ ਨਾ। ਅਤੇ ਜਿਹੜਾ ਇਹ ਪੱਛਮੀ ਨਜ਼ਰੀਆ ਇਹ ਆ ਵੀ ਇੱਕ ਨੂੰ ਸਰਬੱਤ ਦਾ ਬਣਾ ਦੇਵੋ, ਵੀ ਜਿਵੇਂ ਤੁਸੀਂ ਅੰਗਰੇਜ਼ਾਂ ਨੇ ਬਣਾਇਆ ਜਾਂ ਜਿਵੇਂ ਉਹਨਾਂ ਨੇ ਆਪਣੇ ਦੇਸ਼ਾਂ ਵਿੱਚ ਬਣਾਇਆ ਜਾਂ ਜਿਵੇਂ ਇੱਥੇ ਸਾਡੇ ਬਣਾਇਆ ਗਿਆ। ਤਾਂ ਇਸ ਲਈ ਇਹ ਖਾਸਾ ਗੁੰਝਲਦਾਰ ਮਾਮਲਾ ਹੈ ਬੋਲੀ ਵਾਲਾ, ਅਤੇ ਮੈਂ ਇਹਦੇ ਵਿੱਚ ਔਖਾ ਹੋਇਆ ਬਹੁਤ, ਕਿਉਂਕਿ ਬੋਲੀ ਬਾਰੇ ਜਿਹੜਾ ਬਾਹਲਾ ਚਿੰਤਨ ਆ ਉਹ ਅੰਗਰੇਜ਼ਾਂ ਤੋਂ ਹੀ ਆਇਆ ਹੋਇਆ ਸਾਡੇ ਕੋਲ, ਮੈਨੂੰ ਕੀ ਆਖਾਂ ਮੈਂ। ਅਤੇ ਜੋ ਇੱਥੇ ਕੁਛ ਸੰਸਕ੍ਰਿਤ ਵਾਲਿਆਂ ਦਾ ਸੀ ਉਹ ਵੀ ਆ, ਅਤੇ ਇੱਥੇ ਸਾਡੇ ਮਤਲਬ ਗੁਰਬਾਣੀ ਵਿੱਚ ਜਿਹੜਾ ਬੋਲੀ ਦਾ ਚਿੰਤਨ ਆ ਉਹ ਕੀ ਹੈ, ਉਹ ਸਾਡੇ ਤੋਂ ਅਜੇ ਲੱਭਿਆ ਨਹੀਂ ਗਿਆ।
ਹਾਲਾਂਕਿ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਸੁਣਾ ਦਿੰਦਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ ਕਿ ਆਦਿ ਪੁਰਖ ਕੋ ਅੱਲਾਹ ਕਹੀਏ ਸੇਖਾਂ ਆਈ ਵਾਰੀ, ਹੈ ਨਾ। ਉਹ ਜਿਹੜੀ ਇਹ ਅੱਜ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰੀ ਆ, ਜਿਹੜੀ ਇਹਦੇ ਵਿੱਚ ਸਾਰੀ ਸਥਾਪਿਤ ਹੋਈ ਆ ਕਿ ਸੱਤਾ ਦੀ ਸ਼ੈ ਹੁੰਦੀ ਆ ਬੋਲੀ, ਗੁਰੂ ਨਾਨਕ ਸਾਹਿਬ ਦਾ ਇਹ ਖਿਆਲ ਉਸ ਗੱਲ ਦਾ ਆਲੋਚਨਾ, ਉਸ ਗੱਲ ਦਾ ਕਟੀਕ ਕਿ ਹੁਣ ਮਤਲਬ ਜਦੋਂ ਸੱਤਾ ਬਦਲ ਗਈ ਅਤੇ ਤੁਹਾਡਾ ਰੱਬ ਦਾ ਨਾਂ ਬਦਲ ਗਿਆ, ਤਾਂ ਇਸ ਲਈ ਜੋ ਸਾਡਾ ਜਿਹੜਾ ਬੋਲੀ ਦਾ ਕੋਈ ਖਿਆਲ ਹੈ ਉਹ ਲੱਭਣਾ ਪੈਣਾ ਅਤੇ ਜਾਂ ਹੌਲੀ ਹੌਲੀ ਆਪਾਂ ਨੂੰ ਬਣਾਉਣਾ ਪੈਣਾ। ਤਾਂ ਇੰਨੀਆਂ ਕੁ ਮੇਰੀਆਂ ਤੁਹਾਡੇ ਨਾਲ ਗੱਲਾਂ ਬਾਤਾਂ ਨੇ। ਜੇ ਕੋਈ ਹੋਰ ਚਰਚਾ ਵਾਲੀ ਹੋਈ ਤਾਂ ਆਪਾਂ ਬਾਅਦ 'ਚ ਵਿਚਾਰ ਕਰ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।